ਉਰਦੂ ਅਦਬ ਦੀ ਨਸਰੀ ਦੁਨੀਆ ਦਾ ਨਾਮਵਰ ਨਾਂ ਡਾਕਟਰ ਸਲੀਮ ਅਖਤਰ 11 ਮਾਰਚ 1934 ਨੂੰ ਲਾਹੌਰ ਵਿੱਚ ਪੈਦਾ ਹੋਏ। ਡਾਕਟਰ ਸਲੀਮ ਅਖਤਰ ਨੇ 1961 ਵਿੱਚ ਪੰਜਾਬ ਯੂਨੀਵਰਸਿਟੀ ਤੋਂ MA ਜਦਕਿ 1978 ਵਿੱਚ ਉਰਦੂ ਅਦਬ ਵਿੱਚ ਈ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ। ਡਾਕਟਰ ਸਲੀਮ ਅਖਤਰ ਨੇ 1 ਅਪ੍ਰੈਲ 1962 ਵਿੱਚ ਸ਼ਾਦੀ ਕੀਤੀ ਅਤੇ ਉਹਨਾਂ ਦੀ 2 ਬੇਟੀਆਂ ਅਤੇ 1 ਬੇਟਾ ਹੈ। ਡਾਕਟਰ ਸਲੀਮ ਅਖਤਰ ਨੇ ਸਾਰੀ ਜ਼ਿੰਦਗੀ ਬਹਿਸੀਅਤ ਅਦੀਬ ਅਤੇ ਉਸਤਾਦ ਉਰਦੂ ਅਦਬ ਦੀ ਖਿਦਮਤ ਕੀਤੀ। ਉਹ 1994 ਵਿੱਚ ਸ਼ੋਭਾ ਉਰਦੂ ਦੇ ਪ੍ਰੋਫੈਸਰ ਦੇ ਅਹੁਦੇ ਤੋਂ ਗੌਰਮੈਂਟ ਕਾਲਜ ਤੋਂ ਰਿਟਾਇਰ ਹੋਏ। ਡਾਕਟਰ ਸਲੀਮ ਅਖਤਰ 88 ਕਿਤਾਬਾਂ ਤਸਨੀਫ ਕਰ ਚੁੱਕੇ ਨੇ। ਡਾਕਟਰ ਸਲੀਮ ਅਖਤਰ ਦੇ ਪਸੰਦੀਦਾ ਲਿਖਾਰੀ ਗੋਫਟੋਫੈਸਕੀ, ਜਦਕਿ ਪਸੰਦੀਦਾ ਕਿਤਾਬ ਮੁਖਤਸਰ ਤਰੀਨ ਉਰਦੂ ਅਦਬ ਹੈ। ਡਾਕਟਰ ਸਲੀਮ ਅਖਤਰ ਉੱਤੇ ਕਈ MA ਉਰਦੂ ਅਤੇ MPhil ਦੇ ਤੁਲਬਾ ਤਹਿਕੀਕੀ ਮੁਕਾਲਾ ਲਿਖ ਚੁੱਕੇ ਨੇ। ਅੱਜ ਕੱਲ੍ਹ ਡਾਕਟਰ ਸਲੀਮ ਅਖਤਰ ਉਰਦੂ ਅਦਬ ਦੀ ਬੁਨਿਆਦੀ ਇਸਲਾਹਾਤ ਅਤੇ ਸਿਨਫੇ ਨਾਤ ਉੱਤੇ ਮਬਨੀ ਮੁਕਾਲਮੇ ਉੱਤੇ ਕੰਮ ਕਰ ਰਹੇ ਨੇ। ਡਾਕਟਰ ਸਾਹਿਬ ਨਾਲ ਉਹਨਾਂ ਦੀ ਲਾਇਬ੍ਰੇਰੀ ਅਤੇ ਜ਼ੋਕੇ ਮੁਤਾਲਿਆ ਬਾਰੇ ਗੱਲ ਕਰਨ ਉਹਨਾਂ ਦੇ ਘਰ ਪਹੁੰਚੇ। ਡਾਕਟਰ ਸਾਹਿਬ, ਤੁਸੀਂ ਪਾਕਿਸਤਾਨ ਵਿੱਚ ਉਰਦੂ ਅਦਬ ਦੇ ਵਾਹਿਦ ਨਫਸਿਆਤੀ ਨਕਾਦ ਹੋ। ਆਮ ਨਕਾਦ ਹੋਣਾ ਉਰਦੂ ਅਦਬ ਦਾ ਅਤੇ ਨਫਸਿਆਤੀ ਨਕਾਦ ਹੋਣਾ, ਦੋਵਾਂ 'ਚ ਕੀ ਫ਼ਰਕ ਹੈ? ਦੋਵਾਂ 'ਚ ਬਿਲਕੁਲ ਬੁਨਿਆਦੀ ਨੋਈਅਤ ਦਾ ਫ਼ਰਕ ਹੈ। ਆਮ ਨਕਾਦ ਜਿਹੜਾ ਜੇ ਉਹ ਹਰ ਤਰ੍ਹਾਂ ਦੇ ਨਜ਼ਰੀਆਤ ਦੇ ਜ਼ਰੀਏ ਔਰ ਉਹਨਾਂ ਦੀ ਰੋਸ਼ਨੀ 'ਚ ਆਪਣੀ ਤਨਕੀਦ ਲਿਖਦਾ ਰਿਹਾ। ਅੱਛਾ, ਮਤਲਬ ਸਾਡੇ ਤਨਕੀਦ ਵਿੱਚ ਕਈ ਸਕੂਲਸ ਨੇ ਜਿਹੜੇ ਇੱਕ ਦੂਸਰੇ ਦੇ ਮੁਖਤਲਿਫ ਹੈਗੇ ਨੇ, ਕੋਈ ਮੁਸ਼ਤਰਕ ਉਹਨਾਂ 'ਚ ਖਸੂਸੀਅਤ ਨਹੀਂ ਹੈਗੀ ਹੈ, ਉਹ ਹਰ ਤੋਂ ਫਾਇਦਾ ਉਠਾਉਂਦਾ ਹੈ। ਅੱਛਾ, ਨਫਸਿਆਤੀ ਨਕਾਦ ਹੈ, ਉਹ ਸਿਰਫ ਨਫਸਿਆਤ ਦੇ ਹਵਾਲੇ ਨਾਲ ਹੀ ਤਨਕੀਦ ਕਰਦਾ ਹੈ। ਕਿਰਦਾਰਾਂ ਦੀ ਨਫਸਿਆਤ ਜਾਂ ਰਾਈਟਰ ਦੀ ਨਫਸਿਆਤ? ਨਫਸਿਆਤੀ ਤਨਕੀਦ ਦਾ ਦਬਿਸਤਾਨ ਵਾਹਿਦ ਐਸਾ ਦਬਿਸਤਾਨ ਹੈ ਜਿਹਦੇ 'ਚ ਅਸੀਂ ਤਖਲੀਕ ਦੇ ਨਾਲ ਨਾਲ ਤਖਲੀਕਾਰ ਦਾ ਵੀ ਮੁਤਾਲਾ ਕਰਦੇ ਹਾਂ। ਅੱਛਾ, ਕਿ ਇਹ ਸ਼ੇਰ ਅਗਰ ਲਿਖਿਆ ਗਿਆ ਤਾਂ ਉਹਦੇ ਪਿੱਛੇ ਲਿਖਣ ਵਾਲੇ ਦੀ ਕੀ ਸਾਈਕੀ ਸੀ, ਠੀਕ ਹੈ, ਕਿਉਂ ਇਹਨਾਂ ਹਾਲਾਤ 'ਚ ਉਹਨੇ ਇਹੋ ਜਿਹਾ ਨਾਵਲ ਲਿਖਿਆ, ਕਿਉਂ ਉਹਨੇ ਉਸ ਨਾਵਲ 'ਚ ਇਹੋ ਜਿਹੇ ਕਿਰਦਾਰ ਪਾਏ, ਇਸ ਨੋਈਅਤ ਉਹਨੇ ਅਫਸਾਨਾ ਕਿਉਂ ਲਿਖਿਆ, ਮਤਲਬ ਇਹ ਸਾਰਾ ਅਸੀਂ ਉਦੋਂ ਤੱਕ ਨਹੀਂ ਅਦਬ 'ਤੇ ਗੁਫਤਗੂ ਕਰਦੇ ਜਦ ਤੱਕ ਅਸੀਂ ਉਸ ਅਦੀਬ ਦੇ ਬਾਰੇ 'ਚ ਜ਼ਾਤੀ ਹਾਲਾਤ, ਉਹਦੇ ਖੁਸ਼ੀਆਂ, ਗਮੀਆਂ, ਮਹਿਰੂਮੀਆਂ, ਵਾਲਦੈਨ ਹੈਨਸਨ ਕਿ ਨਹੀਂ, ਭੈਣ ਭਰਾਵਾਂ 'ਚ ਉਹਦੀ ਕੀ ਤਰਤੀਬ ਬਣਦੀ ਸੀ, ਨੰਬਰ 1 ਸੀ ਅਤੇ ਪੈਂਪਰਡ ਸੀ, ਨੰਬਰ ਆਖਰੀ ਸੀ ਅਤੇ ਰਿਜੈਕਟਿਡ ਸੀ, ਦਰਮਿਆਨ ਵਾਲਾ ਸੀ ਅਤੇ ਇਜ਼ ਨੋ ਮੋਰ, ਨਾ ਵੱਡੀਆਂ ਚਾਹੁੰਦਾ ਨਾ ਛੋਟੀਆਂ ਚਾਹੁੰਦਾ, ਇਹ ਬੜੇ ਕੰਪਲੈਕਸਿਸ ਹੁੰਦੇ ਜੇ। ਅਤੇ ਇਹ ਸਾਰੀਆਂ ਚੀਜ਼ਾਂ ਦਾ ਮੁਤਾਲਾ ਕਰਕੇ ਫਿਰ ਅਸੀਂ ਕਹਿੰਦੇ ਹਾਂ ਕਿ ਜੀ ਇਹ ਸ਼ਖਸੀਅਤ ਸੀ ਹੁੰਦੀ, ਇਹ ਉਹਦਾ ਨਫਸਿਆਤੀ ਮੇਕਅਪ ਹੈ ਔਰ ਉਹਨੇ ਇਹ ਤਖਲੀਕ ਕੀਤੀ ਜੇ। ਠੀਕ, ਦੋਵਾਂ ਨੂੰ ਮਿਲਾ ਕੇ ਇਹ ਵਾਹਿਦ ਸਕੂਲ ਹੈ ਨਫਸਿਆਤ ਦਾ ਜਿਹਦੇ 'ਚ ਤਹਿਰੀਰ ਔਰ ਲਿਖਾਰੀ ਦੋਵਾਂ ਦਾ ਨਫਸਿਆਤੀ ਮੁਤਾਲਾ ਹੁੰਦਾ। ਅੱਛਾ, ਜ਼ਿਆਦਾ ਮੁਸ਼ਕਿਲ ਕੰਮ ਨਹੀਂ ਆਮ ਤੌਰ 'ਤੇ ਤਨਕੀਦ ਕਰਨਾ ਅਤੇ ਨਫਸਿਆਤੀ ਲਿਹਾਜ਼ ਨਾਲ ਤਨਕੀਦ ਕਰਨਾ, ਜ਼ਿਆਦਾ ਮੁਸ਼ਕਿਲ ਕੰਮ ਹੈ? ਨਹੀਂ, ਮੁਸ਼ਕਿਲ ਇਸ ਨਿਹਾਲ ਜਿਹੜੇ ਕਿ ਪਹਿਲਾਂ ਤੁਸੀਂ ਨਫਸਿਆਤ ਨੂੰ ਠੀਕ ਠਾਕ ਪੜ੍ਹਿਆ ਹੋਵੇ। ਅਗਰ ਇੱਕ ਇਲਮ ਦਾ ਤੁਹਾਨੂੰ ਪਤਾ ਹੀ ਨਹੀਂ ਹੈ ਜੀ, ਜਾਂ ਮਸਲ ਜਮਾਲਿਆਤੀ ਦਬਿਸਤਾਨ ਇੱਕ ਬਣਦਾ, ਜਾਂ ਇਮਰਾਨੀ ਦਬਿਸਤਾਨ ਬਣਦਾ ਹੈ, ਰੂਮਾਨੀ ਦਬਿਸਤਾਨ ਹੈ, ਹੁਣ ਇਹਨਾਂ ਦੇ ਬਾਰੇ 'ਚ ਅਗਰ ਤੁਸੀਂ ਪੜ੍ਹੋਗੇ ਤਾਂ ਫਿਰ ਤੁਸੀਂ ਕੁਛ ਲਿਖੋਗੇ। ਠੀਕ ਹੈ, ਔਰ ਨਫਸਿਆਤ ਦਾ ਮਸਲਾ ਇਹ ਜੇ
ਕਿ ਇਹ ਮਤਲਬ ਇੱਕ ਆਮ ਗਲਤ ਫਹਿਮੀ ਇਹ ਸਮਝੀ ਜਾਂਦੀ ਕਿ ਨਫਸਿਆਤ ਇਜ਼ ਇਕੁਅਲ ਟੂ ਸੈਕਸ, ਸਾਡੇ ਇੱਥੇ ਟੈਬੂ ਹੈ ਬਿਲਕੁਲ, ਚੁਣਾਚੇ ਇਹ ਮਤਲਬ ਹੈ ਕਿ ਮੇਰੀ ਜਿਹੜੀ ਬਹੁਤ ਸਾਰੀ ਬਦਨਾਮੀਆਂ ਨੇ ਨਾ ਉਹਦੇ 'ਚ ਇੱਕ ਮੇਰੀ ਨਫਸਿਆਤ ਦੀ ਵੀ ਦਿਲਚਸਪੀ ਵੀ ਹੈਗੀ। ਅੱਛਾ, ਇਸ ਵਾਸਤੇ ਪਹਿਲੋਂ ਨਫਸਿਆਤ ਜਾਂ ਫੋਰ ਦੈਟ ਪਰਪਜ਼ ਕੋਈ ਵੀ ਇਲਮ ਹੈ ਉਹਨੂੰ ਪੜ੍ਹਿਆ ਹੋਵੇ, ਸਮਝਿਆ ਹੋਵੇ, ਡਾਈਜਸਟ ਕੀਤਾ ਹੋਵੇ, ਪਲੱਸ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿ ਇਹ ਨਜ਼ਰੀਆ ਕਿੱਥੇ ਅਪਲਾਈ ਹੋ ਸਕਦਾ ਔਰ ਕਿੱਥੇ ਨਹੀਂ ਹੋ ਸਕਦਾ। ਮੈਂ ਕੋਸ਼ਿਸ਼ ਕੀਤੀ ਸ਼ੋਰੀ ਤੌਰ 'ਤੇ, ਮੇਰੇ ਉਹ ਵੀ ਮੁਕਾਲੇ ਨੇ ਜਿਨ੍ਹਾਂ 'ਚ ਕੋਈ ਨਫਸਿਆਤ ਨਹੀਂ ਹੈਗੀ, ਮੈਂ ਕੋਸ਼ਿਸ਼ ਕੀਤੀ ਹੈ ਕਿ ਸਿਰਫ ਉੱਥੇ ਹੀ ਜਾਂ ਉਹਨਾਂ ਤਖਲੀਕਾਰਾਂ ਦਾ ਜਾਂ ਉਹਨਾਂ ਤਖਲੀਕਾਤ ਦਾ ਹੀ ਮੁਤਾਲਾ ਹੋਵੇ ਜਿਹੜੀ ਕਿ ਨਫਸਿਆਤੀ ਮੁਤਾਲੇ ਦੇ ਕਾਬਿਲ ਹੈ। ਅੱਛਾ, ਇਹ ਸ਼ੌਰੀ ਕੋਸ਼ਿਸ਼ ਹੁੰਦੀ ਹੈ ਕਿਸੇ ਵੀ, ਨਹੀਂ ਜ਼ਾਹਿਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਮੈਂ ਇਸ ਨਜ਼ਰੀਏ ਨੂੰ ਇੱਥੇ ਅਪਲਾਈ ਨਹੀਂ ਕਰ ਸਕਦਾ ਅਤੇ ਇੱਥੇ ਕਰ ਸਕਦਾ, ਉਹ ਫਿਰ ਅੰਨੇ ਦੀ ਲਾਠੀ ਵਾਲੀ ਗੱਲ ਬਣਾਉਂਦਾ ਤਾਂ ਫਾਇਦਾ ਨਹੀਂ ਨਾ ਹੈਗਾ। ਅਤੇ ਤਿੰਨ ਬੜੇ ਨਫਸਿਆਤਦਾਨ ਤੁਸੀਂ ਲਿਖੀ, ਜੀ ਜੀ, ਇਹਦੀ ਕਿਉਂ ਜ਼ਰੂਰਤ ਮਹਿਸੂਸ ਕੀਤੀ ਤੁਸੀਂ ਲਿਖਣ ਦੀ? ਇਹ ਜਿਹੜੇ ਨੇ ਨਾ ਫਰਾਇਡ, ਐਡਲਰ ਔਰ ਯੂਮ ਜੀ, ਇਹ ਜਿਹੜੀ ਸਦੀ ਗੁਜ਼ਰੀ ਹੈ ਉਹਦੇ ਇਹ ਤਿੰਨ ਬਹੁਤ ਵੱਡੇ ਨਫਸਿਆਤ ਦੇ ਨਾਮ ਨੇ ਜੀ। ਤਿੰਨਾਂ ਦੇ ਆਪਣੇ ਅਲੱਗ ਅਲੱਗ ਸਕੂਲ ਆਫ ਥਾਟ ਨੇ ਔਰ ਤਿੰਨਾਂ ਦੇ ਜਿਹੜੇ ਨਾ ਨਜ਼ਰੀਆਤ ਉਹਨਾਂ ਦੇ ਮਤਲਬ ਕਿ ਨਾ ਸਿਰਫ ਪੂਰੇ ਮੁਆਸ਼ਰੇ 'ਤੇ ਜ਼ਿੰਦਗੀ 'ਤੇ ਔਰ ਸਾਡੇ ਆਸਾਬੀ ਖਰਾਬੀਆਂ, ਨਿਊਰੋਸਿਸ, ਉਹਨਾਂ ਦਾ ਵੀ ਮੁਤਾਲਾ ਕੀਤਾ ਗਿਆ, ਬਲਕਿ ਇਹਨਾਂ ਦੇ ਨਜ਼ਰੀਆਤ ਦੀ ਰੋਸ਼ਨੀ 'ਚ ਤਖਲੀਕਾਤ ਦਾ ਵੀ ਮੁਤਾਲਾ ਕੀਤਾ ਗਿਆ। ਅੱਛਾ, ਅਤੇ ਮੈਨੂੰ ਕਿਉਂਕਿ ਦਿਲਚਸਪੀ ਸੀ ਇਸ ਵਾਸਤੇ ਇਹ ਕਿਤਾਬ ਮੈਂ ਮਤਲਬ ਆਪਣੀ ਦਿਲਚਸਪੀ ਦੇ ਇਜ਼ਹਾਰ ਦੀ ਖਾਤਰ ਮੈਂ ਲਿਖੀ ਔਰ ਸ਼ੁਕਰ ਹੈ ਕਿ ਬੜੀ ਪਾਪੂਲਰ ਹੋਈ। ਬੰਦਾ ਮੈਂ ਉਰਦੂ ਦਾ ਵਾਂ, ਹੁਣ ਇਸ ਕਿਤਾਬ ਨੂੰ ਨਫਸਿਆਤ ਦੇ ਤਾਲਬਿਲਮ ਪੜ੍ਹ ਰਹੇ ਨੇ। ਅਤੇ ਡਾਕਟਰ ਸਾਹਿਬ, ਅਸੀਂ ਕੀ ਸਮਝਾਂਗੇ ਕਿ ਜਿਹੜੀ ਨਫਸਿਆਤ ਹੈ ਲੋਕਾਂ ਦੀ ਉਹ ਕਿਆ ਮੁਲਕੀ ਸਤ੍ਹਾ 'ਤੇ ਵੀ ਰਵੱਈਆ ਉੱਤੇ ਅਸਰ ਅੰਦਾਜ਼ ਹੁੰਦੀ? ਦੇਖੋ ਜੀ, ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਬੰਦੇ ਦੀ ਨਫਸਿਆਤ ਵਿਗੜਦੀ ਹੈ, ਬਲਕਿ ਬੰਦਾ ਨਹੀਂ ਕਹਿਣਾ ਚਾਹੀਦਾ, ਹੁਕਮਰਾਨ ਅਤੇ ਅਹਿਲੇ ਇਕਤਦਾਰ ਅਤੇ ਅਹਿਲੇ ਹਵਸ, ਉਹਨਾਂ ਦੀ ਨਫਸਿਆਤ ਵਿਗੜਦੀ ਹੈ ਅਤੇ ਉਹ ਮੁਲਕ ਦੀ ਨਫਸਿਆਤ ਦਾ ਬੇੜਾ ਗਰਕ ਕਰਦੇ ਨੇ ਔਰ ਆਪਣੀ ਇਨਫਰਾਦੀ ਹੈਸੀਅਤ ਵਿੱਚ ਵੀ ਫਰਕ ਪੈਂਦਾ ਹੈ। ਇੱਕ ਸਾਦਾ ਜੀ ਮਿਸਾਲ ਹੈ, ਇੱਕ ਬੰਦਾ ਜਿਹੜਾ ਮੈਂਟਲੀ ਐਬਨੋਰਮਲ ਹੈ ਜਾਂ ਓਬਸੈਸਡ ਹੈ ਜਾਂ ਉਹਦੇ ਕੰਪਲੈਕਸਿਸ ਨੇ, ਫਰਜ਼ ਕਰੋ ਉਹਦੀ ਸ਼ਾਦੀ ਹੋ ਜਾਂਦੀ ਹੈ, ਉਹਨੂੰ ਠੀਕ ਠਾਕ ਬੀਵੀ ਮਿਲਦੀ ਹੈ, ਬੱਚੇ ਵੀ ਅੱਛੇ ਨੇ, ਲੇਕਿਨ ਉਹ ਹਰ ਵੇਲੇ ਕੁੜ 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 ਕਰਦਾ ਰਹੇਗਾ, ਕੋਈ ਨਾ ਕੋਈ ਮਸਲਾ ਪੈਦਾ ਕਰੇਗਾ, ਕੋਈ ਝਗੜੇ ਦੀ ਸੂਰਤ ਪੈਦਾ ਕਰੇਗਾ, ਉਹ ਆਪਣੇ ਮਤਲਬ ਉਹਦੇ ਮਸਾਇਲ ਨੇ ਜਿਹੜੇ ਰਿਜ਼ੋਲਵ ਨਹੀਂ ਹੁੰਦੇ ਅਤੇ ਉਹ ਬੀਵੀ ਟਾਰਗੇਟ ਬਣਦੀ ਹੈ ਬੱਚੇ। ਤੁਸੀਂ ਦੇਖੋਗੇ ਕਿ ਬਾਜ਼ ਵਾਲਦ, ਈਵਨ ਔਰਤਾਂ ਵੀ, ਮਾਵਾਂ ਵੀ ਬੱਚਿਆਂ ਨੂੰ ਬਹੁਤ ਮਾਰਦੇ ਨੇ, ਬੇਜਾ ਜ਼ੁਲਮ ਕਰਦੇ ਨੇ, ਬਾਜ਼ ਸਕੂਲ ਟੀਚਰ ਬਹੁਤ ਮਾਰਦੇ ਨੇ, ਜ਼ਰੂਰਤ ਨਹੀਂ ਹੁੰਦੀ, ਲੇਕਿਨ ਇਹ ਕਿ ਡਾਂਟ ਨਾਲ ਵੀ ਕੰਮ ਚੱਲ ਸਕਦਾ, ਲੇਕਿਨ ਇਹ ਕਿ ਜਦ ਤੱਕ ਉਹਨੂੰ ਠੀਕ ਠਾਕ ਅਦਮੋਇਆ ਨਾ ਕਰਨ, ਉਹਨਾਂ ਦੇ ਫਿਜ਼ੀਕਲ ਟੋਰਚਰ, ਜਿਹੜਾ ਫਿਜ਼ੀਕਲ ਟੋਰਚਰ, ਇਹ ਸਾਰੇ ਨਫਸਿਆਤੀ ਮਸਾਇਲ। ਅੱਛਾ, ਸਾਡੇ 'ਤੇ ਕਿਉਂਕਿ ਇਹਨਾਂ ਚੀਜ਼ਾਂ ਦਾ ਕੋਈ ਚੱਜ ਦਾ ਇਲਾਜ ਨਹੀਂ ਹੋ ਸਕਦਾ, ਤਾਂ ਨਫਸਿਆਤੀ ਮਸਾਇਲ ਕੀ ਕਰਨੇ ਨੇ, ਨਾ ਸਾਡੇ ਟ੍ਰੇਨ ਸਾਈਕਿਆਟ੍ਰਿਸਟ ਨੇ, ਲੇਕਿਨ ਬਾਹਰ ਇੱਕ ਅਗਰ ਮਸਲ ਪ੍ਰੋਬਲਮ ਚਾਈਲਡ ਲੈਂਦਾ ਜੀ, ਉਹਨੂੰ ਬੱਚੇ ਨੂੰ ਸਜ਼ਾ ਨਹੀਂ ਦਿੰਦੇ, ਉਹ ਪੇਰੈਂਟਸ ਨੂੰ ਬੁਲਾਉਂਦੇ ਨੇ ਠੀਕ ਸਕੂਲ ਵਾਲੇ, ਕਿ ਜੀ ਤੁਹਾਡਾ ਕੀ ਮਸਲਾ, ਜਿਹੜਾ ਬੱਚੇ 'ਤੇ ਤੁਹਾਡੇ ਅਸਰ ਪੈ ਰਿਹਾ, ਤੁਹਾਡਾ ਆਪਸ ਵਿੱਚ ਬਣਦੀ ਹੈ ਜਾਂ ਨਹੀਂ ਬਣਦੀ ਹੈ, ਮਤਲਬ ਕਿ ਖਾਵਨ ਮੇ ਬੀ ਅਲਕੋਹਲਿਸਟ ਹੈਗਾ, ਬੀਵੀ ਦੇ ਹੋਰ ਮਸਾਇਲ ਹੈਗੇ ਨੇ, ਅਤੇ ਘਰ ਦੇ ਮਸਾਇਲ ਬੱਚੇ 'ਤੇ ਰਿਫਲੈਕਟ ਕਰ ਰਹੇ ਨੇ, ਉਹ ਇਲਾਜ ਕਰਨ ਦੀ, ਸਮਝਣ ਦੀ ਕੋਸ਼ਿਸ਼ ਕਰ ਰਹੇ। ਨਫਸਿਆਤੀ ਤਨਕੀਦ ਜਿਹੜੀ ਹੈ ਉਹ ਸਾਨੂੰ ਪਾਏਦਾਰ ਹੱਲ ਵੱਲ ਖੜਦੀ? ਨਹੀਂ ਨਹੀਂ, ਨਫਸਿਆਤੀ ਤਨਕੀਦ ਇਹ ਸੱਚ ਨਹੀਂ ਜੇ, ਇਹ ਜੋ ਅਸੀਂ ਗੁਫਤਗੂ ਕਰਨ, ਇਹ ਸੋਸ਼ਲ ਸਾਈਕੋਲੋਜੀ ਦੀ ਚੀਜ਼ ਹੈ। ਲੇਕਿਨ ਜਿਸ ਵਕਤ ਅਸੀਂ ਨਫਸਿਆਤੀ ਤਨਕੀਦ ਦੀ ਗੱਲ ਕਰਦੇ ਹਾਂ ਤੇ ਉਹ ਪਾਏਦਾਰ ਹੱਲ ਵੱਲ ਕਿਆ ਖੜਦੀ ਹੈ ਸਾਨੂੰ? ਉਹ ਇੱਕ ਰੀਡਰ ਨੂੰ ਇਹ ਦੱਸੇਗੀ, ਇਹਨੇ ਨਫਸਿਆਤੀ ਤਨਕੀਦ ਜਿਹੜੇ ਇਤਰਾਜ਼ਾਤ ਕੀਤੇ ਗਏ ਨਾ, ਉਹਨਾਂ 'ਚ ਇੱਕ ਇਤਰਾਜ਼ ਇਹ ਵੇ ਕਿ ਇਹ ਅਦਬ ਦਾ ਮੁਕਾਮ ਨਹੀਂ ਮੁਤੈਨ ਕਰਦੀ ਅਦਬ ਬਾਰੇ ਦਾ, ਜੋ ਕਿ ਤਨਕੀਦ ਵਿੱਚ ਬੜੀ ਜ਼ਰੂਰੀ ਚੀਜ਼ ਸਮਝੀ ਜਾਂਦੀ। ਇਹਨੂੰ ਸਾਰੀ ਦਿਲਚਸਪੀ ਹੈ ਕਿ ਜੀ ਲਿਖਣ ਵਾਲੇ ਦਾ ਸਾਈਕੋਲੋਜੀਕਲ ਮੇਕਅਪ ਕੀ ਸੀ,
ਉਹਦਾ ਪਰਸਨੈਲਿਟੀ ਟ੍ਰੇਟਸ ਕੀ ਹੈਗੇ ਸਨ, ਔਰ ਕਿਆ ਉਹਦੀ ਤਹਿਰੀਰ ਵਿੱਚ ਜਾਂ ਉਹਦੀ ਤਖਲੀਕ ਵਿੱਚ ਈਵਨ ਉਹਦੇ ਉਸਲੂਬ ਵਿੱਚ ਇਹ ਉਹਦੀ ਸਾਈਕੀ ਰਿਫਲੈਕਟ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਅੱਛਾ, ਇਸ ਵਾਸਤੇ ਇਹ ਜਿਹੜੀ ਹੈ ਨਾ ਹਿਊਮਨ ਲੈਵਲ 'ਤੇ ਅੰਡਰਸਟੈਂਡਿੰਗ ਦਿੰਦੀ ਹੈ। ਲੇਕਿਨ ਅਗਰ ਤੁਸੀਂ ਤਵੱਕੋ ਕਰੋ ਕਿ ਉਹ ਕਿਸੇ ਮਸਲੇ ਦਾ ਹੱਲ ਹੋਵੇਗਾ ਜੋ ਕਿ ਸਾਡੇ ਮਾਸ਼ਰਤੀ ਮਿਸਾਇਲ ਨੇ ਜਾਂ ਇਕਤਸਾਦੀ ਜਾਂ ਹੋਰ ਸੂਰਤ ਆ, ਇਹ ਸੱਚ ਉਹਦਾ ਹੱਲ ਨਹੀਂ ਹੁੰਦੀ। ਅੱਛਾ, ਇਹ ਸਾਰਾ ਕੁਛ ਕਰਦੇ ਕਰਦੇ ਤੁਸੀਂ ਅਫਸਾਨਿਆਂ ਦੇ ਮਜਮੂਏ ਵੀ ਲਿਖੇ, 5 ਅਫਸਾਨਿਆਂ ਦੇ ਮਜਮੂਏ ਤੁਹਾਡੇ ਸਾਡੇ ਸਾਹਮਣੇ ਨੇ, ਜਿਨ੍ਹਾਂ ਵਿੱਚੋਂ ਇੱਕ ਇੱਕ ਕੜਵੇ ਬਦਾਮ, 40 ਮਿੰਟ ਕੀ ਔਰਤ, ਕਾਟ ਕੀ ਔਰਤ, ਆਦੀ ਰਾਤ ਕੀ ਮਖਲੂਕ ਅਤੇ ਮੁੱਠੀ ਭਰ ਸਾਂਭ। ਅੱਛਾ, ਇਹਦੇ ਵਿੱਚ ਹੁਣ ਮੈਂ ਪਹਿਲੇ ਗੱਲ ਕਰਨਾ ਚਾਹਾਂਗੀ 40 ਮਿੰਟ ਕੀ ਔਰਤ ਅਤੇ ਕਾਟ ਕੀ ਔਰਤ ਦੇ ਮੁਤਲਕ, ਇਹ ਕੀ ਹੈ, ਮਤਲਬ ਟੋਪਿਕਸ ਕੀ ਨੇ, ਕਿਆ ਵਾਕਈ ਔਰਤ ਨਾਲ ਰਿਲੇਟ ਕਰਦੇ ਨੇ ਅਫਸਾਨੇ, ਔਰ ਇਹਦੀ ਵਜ੍ਹਾ? ਇਤਫਾਕ ਤੁਸੀਂ ਉਹ ਅਫਸਾਨਾ ਦਾ ਨਾਂ ਲਿੱਤਾ ਹੈ ਜੀ ਜਿਨ੍ਹਾਂ 'ਚ ਮੈਨੂੰ ਸੱਚਮੁੱਚ ਔਰਤਾਂ ਮਿਲੀਆਂ ਨੇ ਔਰ ਉਹਨਾਂ ਨੂੰ ਮੈਂ ਅਫਸਾਨਾ ਬਣਾਇਆ। ਅੱਛਾ, ਮੈਂ ਦਿੱਲੀਓਂ ਆ ਰਿਹਾ ਸਾਂ ਗਾਲਿਬ ਸੈਮੀਨਾਰ ਅਟੈਂਡ ਕਰਕੇ, ਔਰ ਮੇਰੇ ਨਾਲ ਬੈਠੀ ਸੀ ਇੱਕ ਆਸਾਮ ਦੀ ਔਰਤ ਸੀ। ਤੁਸੀਂ ਔਰਤ ਜੇ ਸ਼ਾਇਦ ਇਸ ਚੀਜ਼ ਨੂੰ ਬਿਹਤਰ ਸਮਝ ਸਕੋ ਕਿ ਬਾਅਦ ਔਰਤਾਂ ਹੁੰਦੀਆਂ ਨੇ ਜਿਹਨੂੰ ਕਹਿੰਦੇ ਕੰਪਲਸਿਵ ਟਾਕਰ, ਉਹ ਖਾਮੋਸ਼ ਨਹੀਂ ਰਹਿ ਸਕਦੀਆਂ ਨੇ, ਉਹਨਾਂ ਨੇ ਮੇਰੇ ਰਾਹ ਜਾਂਦੇ ਤਾਂ ਬਾਂਹ ਪਕੜ ਕੇ ਉਹਦੇ ਨਾਲ ਗੁਫ਼ਤਗੂ ਸ਼ੁਰੂ ਕਰ ਦੇਣੀ ਜੀ। ਹਾਂਜੀ, ਅਤੇ ਉਹਨੇ ਜਨਾਬ ਗੁਫ਼ਤਗੂ, ਅੱਛਾ ਮੈਂ ਤਾਂ ਬੇਸਿਕਲੀ ਸ਼ਾਹੀ ਆਦਮੀ ਜੇ, ਯਾਨੀ ਕਿਸੇ ਮੁਸਾਫਰ ਦਾ ਕੀ, ਮੈਂ ਔਰਤ ਨਾਲ ਤਾਂ ਸਵਾਲ ਹੀ ਨਹੀਂ ਪੈਣ ਉਹਦਾ ਕਿ ਮੈਂ ਗੱਲ ਸ਼ੁਰੂ ਕਰਤਾ। ਉਹਨੇ ਗੱਲ ਸ਼ੁਰੂ ਕੀਤੀ ਔਰ ਬੜੀਆਂ ਮਜ਼ੇਦਾਰ ਗੱਲਾਂ, ਵੁੱਡ ਯੂ ਬਿਲੀਵ ਕਿ 40 ਮਿੰਟ ਦੀ ਫਲਾਈਟ ਦਿੱਲੀ ਤੋਂ ਲਾਹੌਰ ਦੀ, ਉਹਦੇ 'ਚ ਉਹਨੇ ਲਵ ਲਾਈਫ, ਖਾਵਨ ਨਾਲ ਇਸ਼ਕ ਹੋਣਾ, ਸ਼ਾਦੀ ਹੋਣੀ, ਖਾਵਨ ਦਾ ਮਰ ਜਾਣਾ, ਪਲੱਸ ਸਾਰੀ ਪਰਸਨਲ ਗੱਲਾਂ, 40 ਮਿੰਟ ਦੇ ਅੰਦਰ ਅੰਦਰ ਉਹਨੇ ਪੂਰੀ ਰਾਮ ਕਹਾਣੀ ਸੁਣਾ ਦਿੱਤੀ। ਅੱਛਾ, ਉਹਨੇ ਅੱਗੇ ਇਸਲਾਮਾਬਾਦ ਜਾਣਾ ਸੀ, ਮੈਂ ਲਾਹੌਰ ਉੱਤਰ ਗਿਆ, ਔਰ ਬਲਕਿ ਆਖਰੀ ਫਿਕਰਾ ਮੈਨੂੰ ਯਾਦ ਹੈ, ਮੈਂ ਆਖਿਆ ਵੀ ਅੱਛਾ ਤੂੰ ਜਾ ਰਹੀ ਹੈ ਅਤੇ ਤੂੰ ਸ਼ਾਦੀ ਦੁਬਾਰਾ ਨਹੀਂ ਕੀਤੀ ਹੈ ਖਾਮਦ ਦੇ ਇੰਤਕਾਲ ਦੇ ਬਾਅਦ? ਕਹਿੰਦੀ ਉਦੋਂ ਬਾਅਦ ਤਾਂ ਹਰ ਬੰਦਾ ਮੈਨੂੰ ਚੂਹਾ ਨਜ਼ਰ ਆਉਂਦਾ ਹੈ, ਉਹ ਸ਼ੇਰ, ਔਰ ਅੰਗਰੇਜ਼ੀ ਬੋਲ ਰਹੀ ਸੀ, ਕਿੰਗ ਇੰਗਲਿਸ਼ ਬੋਲ ਰਹੀ। ਅੱਛਾ, ਮੈਂ ਇਹ ਸੋਚਦਾ ਰਿਹਾ, ਮੈਂ ਆਖਿਆ ਇਹ ਔਰਤ ਦਾ ਕੀ ਮਸਲਾ ਸੀ ਕਿ ਇੱਕ ਅਜਨਬੀ ਨਾਲ ਉਹਨੇ ਬਿਲਾ ਕਿਸੇ ਤਾਰੁਫ ਦੇ ਇਕੱਠੇ ਬੈਠੇ, ਇਹ ਤੋਂ ਜ਼ਿਆਦਾ ਤਾਂ ਕੋਈ ਤਾਲੁਕ ਨਹੀਂ ਹੈ, ਔਰ ਇਹ ਕਿ ਉਹਨੇ ਮੈਨੂੰ ਪੂਰੀ ਆਪਣੀ ਲਾਈਫ ਇਸ ਦੀ ਸੁਣਾ ਦਿੱਤੀ, ਲਵ ਲਾਈਫ ਜਿਹੜੀ ਕਿ ਕਿਸੇ ਬੜੀ ਪਰਸਨਲ ਔਰ ਬੜੀ ਸੀਕ੍ਰੇਟ ਲਾਈਫ ਹੁੰਦੀ ਜੋ ਕਿ ਤੁਸੀਂ ਆਮ ਤੌਰ ਤੇ ਸ਼ੇਅਰ ਨਹੀਂ ਕਰਦੇ। ਬਿਲਕੁਲ ਸਹੀ ਗੱਲ। ਅੱਛਾ, ਖੈਰ ਜੀ, ਮੈਂ ਸੋਚਦਾ ਰਿਹਾ, ਮੈਂ ਫਿਰ ਅਫਸਾਨਾ ਲਿਖਿਆ। ਐਗਜੈਕਟਲੀ ਜੋ ਗੱਲਾਂ ਉਹਦੇ ਨਾਲ ਹੋਈਆਂ ਨੇ ਨਾ, ਬਗੈਰ ਕਿਸੇ ਐਡੀਟਿੰਗ ਦੇ ਮੈਂ ਉਹ ਤਮਾਮ ਗੱਲਾਂ ਲਿਖੀਆਂ। ਆਖਰੀ 5-7 ਲਾਈਨਾਂ ਸਨ ਜਿਹੜੀਆਂ ਮੈਂ ਆਪਣੇ ਕੋਲੋਂ ਬਣਾਈਆਂ ਵਾਕਿਆ ਨੂੰ ਅਫਸਾਨਾ ਬਣਾਉਣ ਦੇ ਬਾਅਦ, ਔਰ ਇਹ ਅਫਸਾਨਾ ਇਤਨਾ ਯਾਨੀ ਦਾ ਨੋਟਿਸ ਲਿੱਤਾ ਗਿਆ ਹਿੰਦੁਸਤਾਨ ਔਰ ਪਾਕਿਸਤਾਨ, ਕਈ ਪਰਚਿਆਂ ਨੇ ਉਹਨੂੰ ਰਿਪੀਟ ਕੀਤਾ, ਅਖਬਾਰਾਂ ਨੇ ਇਹਨੂੰ ਛਾਪਿਆ, ਔਰ ਜਿੰਨੇ ਪੜ੍ਹੇ ਉਹਨੇ ਮੈਨੂੰ ਕੋਲ ਸਵਾਲ ਕੀਤਾ ਕਿ ਡਾਕਟਰ ਸਾਹਿਬ ਇਹ ਲੱਗਦਾ ਕੋਈ ਸੱਚਮੁੱਚ ਦੀ ਔਰਤ ਹੈ। ਨਿਸ਼ਾਨੇ ਜਿਗਰੇ ਸੋਖਤਾ ਮੇਰੀ ਆਪ ਬੀਤੀ ਹੈ, ਉਹਦੇ 'ਚੋਂ ਮੈਂ ਕੁਛ ਇਕਤਬਾਸ ਪੇਸ਼ ਕਰਦਾ ਜੇ ਮੈਂ ਲਿਖਿਆ ਵੇ। ਮੇਰੇ ਅੱਬਾ ਜੀ ਕੁਰੈਸ਼ੀ ਥੇ ਔਰ ਵਾਲਦਾ ਰਾਜਪੂਤ, ਕਿਸੀ ਤਰਫ ਸੇ ਵੀ ਅਦਬੋਦਤ ਕੇ ਅਸਰਾਤ ਨਾ ਥੇ। ਫਿਰ ਮੇਰੇ ਜੀਨ ਮੇਂ ਤਨਕੀਦ, ਤਫਸੀਆਤ, ਅਫਸਾਨਾ ਵਗੈਰਾ ਕਹਾਂ ਸੇ ਸ਼ਾਮਿਲ ਹੋ ਗਏ। ਅਗਰ ਇਹ ਕ੍ਰੋਮੋਸੋਮਸ ਕੀ ਬਾਤ ਹੈ
ਤੋ ਨਾ ਜਾਣੇ ਬਈਤ ਆਬਾ ਮੇ ਸੇ ਕਿਸ ਭਲੇ ਮਾਨਸ ਨੇ ਅਦਬੋ ਤਖਲੀਕ ਕੋ ਸ਼ਾਰ ਬਣਾਇਆ ਥਾ ਕਿ ਕਈ ਨਸਲੋਂ ਬਾਅਦ ਜਿਨ ਕੇ ਅਸਰਾਤ ਨੇ ਮੇਰੀ ਸ਼ਖਸੀਅਤ ਮੇਂ ਜ਼ਹੂਰ ਪਾਇਆ। ਕਾਜ਼ੀਓ ਕਾ ਖਾਨਦਾਨ, ਸਰਕਾਰੀ ਮੁਲਾਜ਼ਮੀਨ ਔਰ ਆਡਿਟ ਐਂਡ ਅਕਾਊਂਟਸ, ਜਬਕਿ ਤਮਾਮ ਰਾਜਪੂਤ ਜ਼ਿਮੀਦਾਰ ਥੇ। ਮੈਂ ਪ੍ਰੋਫੈਸਰ ਔਰ ਨਕਾਦ ਕੈਸੇ ਬਣ ਗਿਆ? ਗਾਲਬਨ ਉਨ ਦੋਨੋਂ ਖਾਨਦਾਨੋਂ ਮੇਂ ਹੀ ਮੈਂ ਫਰੀਕ ਨਿਕਲਾ। ਹਮੇਂ ਕਿਸੀ ਵੀ ਖਾਸ ਸ਼ੋਬੇ ਮੇਂ ਖਸੂਸੀ ਸ਼ੋਹਰਤ ਕੇ ਹਾਮਿਲ ਜੋ ਅਫਰਾਦ ਨਜ਼ਰ ਆਤੇ ਹੈ, ਤੋ ਵੋ ਏਕ ਦਿਨ ਮੇਂ ਸ਼ਾਇਰ, ਅਦੀਬ, ਕ੍ਰਿਕਟਰ, ਮੁਸੱਵਰ ਯਾ ਮੌਸੀਕਾਰ ਨਾ ਬਣ ਗਏ ਥੇ। ਸਭ ਕੋ ਬਵਜੂਦ ਬਚਪਨ ਹੀ ਸੇ ਮੁਤਲਕਾ ਸ਼ੋਬੇ ਸੇ ਦਿਲਚਸਪੀ ਪੈਦਾ ਹੋ ਜਾਤੀ ਹੈ। ਅਬ ਯੇ ਇਨਫਰਾਦੀ ਹਾਲਾਤ ਕੀ ਬਾਤ ਹੈ ਕਿ ਸ਼ੌਕ ਕੀ ਤਕਮੀਲ ਕੇ ਲੀਏ ਹਾਲਾਤ ਸਾਜ਼ਗਾਰ ਔਰ ਮੁਆਫਿਕ ਥੇ ਯਾ ਮਾਹੌਲ ਔਰ ਘਰ ਕੇ ਬੜੇ ਮੁਜ਼ਾਹਮ ਹੋਏ। ਯੇ ਬਹੁਤ ਅਹਿਮ ਹੈ ਕਿ ਇਸ ਸੇ ਮੁਸਬਤ ਔਰ ਮਨਫੀ ਕੰਡੀਸ਼ਨਿੰਗ ਜਨਮ ਲੇਤੀ ਹੈ। ਤੀਸਰੀ ਚੌਥੀ ਦਹਾਈ ਕੇ ਬਾਪ ਰਵਾਇਤੀ ਮਸ਼ਰਕੀ ਬਾਪ ਥੇ, ਜਬਕਿ ਅੱਬਾ ਜੀ ਇਸ ਮਾਹੌਲ ਮੇਂ ਇਸਤਿਸਨਾਈ ਮਿਸਾਲ ਕਰਾਰ ਪਾਤੇ ਹੈ। ਮੁਝੇ ਅਦਬੀ ਕਿਤਾਬੋਂ ਔਰ ਰਸਾਲੋਂ ਮੇਂ ਗੁੰਮ ਦੇਖ ਕਰ ਮਨਾ ਕਰਨੇ ਕੇ ਬਾਰਕਸ ਉਨ੍ਹੋਂਨੇ ਹੌਸਲਾ ਅਫਜ਼ਾਈ ਕੀ। ਮੇਰੇ ਲਈ ਮੁਤਾਲਾ ਆਦਤ ਕੇ ਬਾਅਦ ਜਨੂਨ ਕੀ ਸੂਰਤ ਇਖਤਿਆਰ ਕਰ ਚੁੱਕਾ ਥਾ। ਮੈਂ ਖਾਣਾ ਖਾ ਰਿਹਾ ਹੁੰਦਾ ਔਰ ਕਿਤਾਬ ਵੀ ਪੜ੍ਹ ਰਿਹਾ ਹੁੰਦਾ। ਉਸ ਜ਼ਮਾਨੇ ਮੇਂ ਮੈਂ ਪਤੰਗਬਾਜ਼ੀ ਵੀ ਕਰਤਾ ਥਾ। ਮਾਂਝੇ ਕੀ ਤੇਜ਼ ਧਾਰ ਸੇ ਫੁਗਾਰ ਉਂਗਲੀਆਂ ਜਬ ਸ਼ੋਰਬੇ ਮੇਂ ਡੂਬਤੀ ਤੋ ਉਂਗਲੀਓ ਕੋ ਮਿਰਚੇ ਲਗਨੇ ਸੇ ਮੈਂ ਸੀ ਸੀ ਕਰ ਉੱਠਦਾ। ਮਗਰ ਯੇ ਮੁਮਕਿਨ ਨਾ ਥਾ ਕਿ ਕਿਤਾਬ ਬੰਦ ਕਰਕੇ ਇਨਸਾਨੋਂ ਕੀ ਤਰ੍ਹਾਂ ਟਿਕ ਕਰ ਖਾਣਾ ਖਾਊਂ। ਮੁਤਾਲੇ ਨੇ ਤਹਿਰੀਰ ਕੀ ਮੰਜ਼ਿਲ ਸਰ ਕਰਨੇ ਕੀ ਠਾਨੀ ਤੋ ਯੇ ਬਾਇਸੇ ਤਾਜੁਬ ਨਾ ਹੋਣਾ ਚਾਹੀਏ। ਹਾਂ, ਬਾਰਕਸ ਤਾਜੁਬ ਖੇਜ਼ ਹੋਤਾ। ਪ੍ਰਾਇਮਰੀ ਕੇ ਬਾਅਦ ਮੈਂ ਮੁਸਲਿਮ ਹਾਈ ਸਕੂਲ ਮੇਂ ਆ ਗਿਆ। ਯਹਾਂ ਬੱਚੋਂ ਕੇ ਲੀਏ ਇੱਕ ਰਸਾਲਾ ਵੀ ਨਿਕਲਤਾ ਥਾ। ਮੈਂ ਪਾਂਚਵੀਂ ਜਮਾਤ ਮੇਂ ਥਾ ਕਿ ਉਸਮੇਂ ਮੇਰੀ ਕੋਈ ਤਹਿਰੀਰ ਸ਼ਾਇਆ ਹੋਈ, ਮਗਰ ਅਬ ਨਾ ਪਰਚੇ ਕਾ ਨਾਮ ਯਾਦ ਹੈ ਔਰ ਨਾ ਉਸ ਤਹਿਰੀਰ ਕਾ। ਕਿਆ ਆਮ ਲੋਕਾਂ ਨੂੰ ਵੀ ਇਸ ਤਰ੍ਹਾਂ ਮੁਖਤਲਿਫ ਕਿਰਦਾਰ ਟੁਰਦੇ ਫਿਰਦੇ ਮੁਆਸ਼ਰੇ 'ਚ ਜ਼ਿੰਦਗੀ 'ਚ ਮਿਲਦੇ ਹੋਣਗੇ, ਲੇਕਿਨ ਉਹਨਾਂ ਨੇ ਕਦੀ ਐਸਾ ਸੋਚਿਆ ਨਹੀਂ ਹੋਏਗਾ ਕਿ ਅਸੀਂ ਇਹਨੂੰ ਮਤਲਬ ਕਿਤਾਬੀ ਸ਼ਕਲ ਵਿੱਚ ਇੱਕ ਅਫਸਾਨੇ ਦੀ ਸ਼ਕਲ 'ਚ ਢਾਲ? ਇਹ ਤਾਂ ਗੁਰ ਲਿਖਣ ਵਾਲੇ ਦੀ ਹੈਗੀ, ਤੁਹਾਡਾ ਪਰਸੈਪਸ਼ਨ ਸੀ ਕਿ ਤੁਸੀਂ? ਅੱਛਾ, ਇਸੇ ਤਰ੍ਹਾਂ ਮੈਂ ਜਾ ਰਿਹਾ ਸਾਂ, ਉਦੋਂ ਮੈਂ ਮੁਲਤਾਨ ਜੋਬ ਕਰਦਾ ਸਾਂ ਅਤੇ ਲਾਹੌਰੋਂ ਮੈਂ ਚੱਲਿਆ ਅਤੇ ਮੇਰੀ ਜੋ ਉਸ ਵੇਲੇ ਦੀ ਗਰਲਫਰੈਂਡ ਸੀ ਉਹ ਮੈਨੂੰ ਛੱਡਣ ਆਈ ਰੋਂਦੀ ਪਿੱਟਦੀ ਚਲੀ ਗਈ, ਅਤੇ ਮੇਰੇ ਨਾਲ ਔਰਤ ਬੈਠੀ ਸੀ ਅਤੇ ਕਹਿੰਦੀ ਬੜੀ ਅੱਛੀ ਤੇਰੀ ਚੋਇਸ ਹੈਗੀ ਹੈ। ਉਹ ਇਹ ਕਹਿ ਕੇ ਉਹਨੇ ਗੱਲਾਂ ਸ਼ੁਰੂ ਕਰ ਦਿੱਤੀਆਂ। ਉਹਨੇ ਉਹ ਗੱਲਾਂ ਕੀਤੀਆਂ ਜਿਹੜੀਆਂ ਮੈਂ ਹੁਣ ਤੱਕ ਸੋਚਣਾ ਕਿ ਜਾਂ ਤਾਂ ਉਹ ਪਾਗਲ ਸੀ ਜਾਂ ਮੈਨੂੰ ਬੇਵਕੂਫ ਬਣਾ ਰਹੀ ਸੀ। ਕਹਿੰਦੀ ਜੀ ਮੈਂ ਘਰੋਂ ਨਿਕਲੀ ਆਪਣੇ ਕਾਰ ਵਾਲੇ ਦੇ ਨਾਲ ਮੇਲੇ 'ਤੇ ਆਈ ਔਰ ਉੱਥੇ ਇੱਕ ਬੰਦਾ ਟਿਕਟ ਦੇ ਰਿਹਾ ਸੀ, ਕਿਸੇ ਸੀ ਜਿਸ ਤਰ੍ਹਾਂ ਹੁੰਦੇ ਨਾ ਐਂਟਰੀ 'ਤੇ ਜਗ੍ਹਾ ਜਗ੍ਹਾ 'ਤੇ ਟਿਕਟ ਲੈ ਕੇ ਜਾਣਾ ਹੁੰਦਾ, ਅਤੇ ਮੈਂ ਉਹਨੂੰ ਦੇਖਿਆ ਅਤੇ ਮੈਂ ਉਹਨੂੰ ਤੋਂ ਆਸ਼ਿਕ ਹੋ ਗਈ ਅਤੇ ਮੈਂ ਆਪਣਾ ਕਾਰ ਬਾਰ ਛੱਡ ਕੇ ਉਹਦੇ ਨਾਲ ਮੈਂ ਆ ਗਈ ਔਰ ਉਹ ਮੈਨੂੰ ਵਜ਼ੀਰਾਬਾਦ ਲੈ ਆਇਆ ਉੱਥੋਂ ਦਾ ਸੀ। ਮੈਂ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਤਿੰਨ ਔਰਤਾਂ ਔਲਰੇਡੀ ਉਹਦੇ ਕੋਲ ਹੈਗੀਆਂ ਸਨ। ਮੈਂ ਆਖਿਆ ਜੀ ਤੁਸੀਂ ਛੱਡ ਕਿਉਂ ਨਾ ਦਿੱਤਾ? ਕਹਿੰਦੀ ਤੂੰ ਨਹੀਂ ਸਮਝ ਸਕਦਾ, ਕੁਛ ਬੰਦਿਆਂ ਦਾ ਨਸ਼ਾ ਹੋ ਜਾਂਦਾ, ਕੁਛ ਜਿਸ ਤਰ੍ਹਾਂ ਜ਼ਹਿਰ ਦਾ ਨਸ਼ਾ ਹੋ ਜਾਂਦਾ ਆਦਮੀ ਨੂੰ ਸਭ ਕਟਵਾਉਣ ਦਿਉ, ਤਾਂ ਕੁਛ ਬੰਦੇ ਇਹ ਹੁੰਦੇ ਨੇ, ਲੇਕਿਨ ਔਰਤ ਨੂੰ ਛੱਡਣੀ ਔਰ ਤੂੰ ਨਹੀਂ ਸਮਝ ਸਕੇ ਇਸ ਗੱਲ ਨੂੰ। ਮੈਂ ਜ਼ਾਹਿਰ ਹੈ ਮੈਂ ਔਰਤ ਨਹੀਂ, ਮੈਂ ਤਾਂ ਨਹੀਂ ਸਮਝ ਸਕਦਾ। ਸਾਹੀਵਾਲ ਉਤਰੀ, ਸਾਹੀਵਾਲ ਉਹਨੇ ਪੂਰੀ ਮੈਨੂੰ ਆਪਣੀ ਇਹ ਹਿਸਟਰੀ ਸੁਣਾਈ ਔਰ ਆਖਰੀ ਕਹਿੰਦੀ ਕਿ ਜੀ ਇੰਨਾ ਜ਼ਾਲਮ ਸੀ ਕਿ ਨਾਰਾਜ਼ ਹੁੰਦਾ ਸੀ, ਸਾਨੂੰ ਗਾਲੀਆਂ ਜੁੱਤੀਆਂ ਨਾਲ ਕੁੱਟਣਾ। ਇੱਕ ਦਫ਼ਾ ਇਹ ਕੀਤਾ ਕਿ ਚਾਰਾਂ ਦੀ ਹਥੇਲੀ ਅਤੇ ਉੱਤੇ ਪਲੰਗ ਦਾ ਪਾਇਆ ਰੱਖ ਕੇ ਨਾ ਚਾਰ ਪਾਏ, ਚਾਰ ਹਥੇਲੀਆਂ 'ਤੇ ਸਾਡੀ ਔਰਤਾਂ ਦੀ ਰੱਖ ਕੇ ਉਸ ਸਾਰੀ ਰਾਹ ਸੁੱਤਾ ਰਿਹਾ ਅਤੇ ਅਸੀਂ ਜਿਹੜੀਆਂ ਸਨ ਅਸੀਂ ਚੂੰ ਨਹੀਂ ਕੀਤੀ।
ਅੱਛਾ ਮੈਂ ਸੋਚਦਾ ਇਹ ਫਿਰ ਮਸਲਾ ਉਸ ਕੱਲੀ ਦਾ ਨਹੀਂ ਸੀ, ਉਹਨਾਂ ਚਾਰਾਂ ਦਾ ਮਸਲਾ, ਚਾਰਾਂ ਦਾ ਮਸਲਾ ਸੀ ਜੀ। ਅੱਛਾ ਮੈਂ ਯਕੀਨ ਕਰੋ ਮੈਂ ਸੋਚਦਾ ਰਿਹਾ, ਮੈਂ ਕਿਹਾ ਜਾਂ ਤਾਂ ਔਰਤ ਪਾਗਲ ਹੈ ਔਰ ਇੱਕ ਜਾਂ ਹੈ ਕਿ ਮੈਨੂੰ ਉਦੋਂ ਮੈਂ ਯੰਗ ਹੀ ਸਾਂ, ਮਤਲਬ 40 ਸਾਲ ਪੁਰਾਣੀ ਗੱਲ ਹੈ, ਅਤੇ ਜਾਂ ਮੈਂ ਆਖਿਆ ਕਿ ਮੈਨੂੰ ਬੇਵਕੂ ਬਣਾ ਰਹੀ ਹੈ। ਫਿਰ ਆਖਿਰ ਉਹਨੇ ਇੱਕ ਹਿੰਟ ਦਿੱਤਾ ਕਿ ਜੀ ਇੱਕ ਦਿਨ ਉਹ ਮਰ ਗਿਆ। ਮੈਂ ਜੀ ਕਿਸ ਤਰ੍ਹਾਂ ਮਰ ਗਿਆ? ਹੈ ਬਸ ਮਰ ਗਿਆ। ਅਤੇ ਅਸੀਂ ਚਾਰੋਂ ਤਿੱਤਰ ਬਿੱਤਰ ਹੋ ਗਏ ਕਿਉਂਕਿ ਹੁਣ ਸਾਨੂੰ ਇਕੱਠਿਆਂ ਰੱਖਣ ਦੀ ਕੋਈ ਵਜ੍ਹਾ ਨਹੀਂ ਸੀ। ਮੈਂ ਉੱਥੋਂ ਅੰਦਾਜ਼ਾ ਲੈ ਕੇ ਇਹਨਾਂ ਨੇ ਚਾਰਾਂ ਨੇ ਮਿਲ ਕੇ ਉਹਨੂੰ ਮਾਰਿਆ। ਅੱਛਾ, ਰਲ ਕੇ ਅਖੀਰ ਜਾਨ ਛੁਡਾ ਲਈ। ਇਹ ਮੈਂ ਐਂਡ ਦੇ ਕੇ ਮੈਂ ਅੱਗੇ ਫਸਰਨਾ ਮਤਲਬ ਅੱਛਾ ਚਲਾਇਆ ਸੀ। ਅਤੇ ਇਹ ਵੇਖ ਕੇ ਤੁਹਾਨੂੰ ਚੱਲਦਿਆਂ ਫਿਰਦਿਆਂ ਬਹੁਤ ਸੇ ਕਿਰਦਾਰ ਮਿਲਦੇ ਜੇ ਜਿਨ੍ਹਾਂ 'ਚ ਅਫਸਾਨਾ ਬਣਨ ਦਾ ਪੋਟੈਂਸ਼ੀਅਲ ਹੁੰਦਾ ਜੇ। ਔਰ ਬਲਕਿ ਸਮਰਸਨ ਮਾਹਮ ਬੜਾ ਵੱਡਾ ਸ਼ੋਰਟ ਸਟੋਰੀ ਰਾਈਟਰ ਨੋਵਲਿਸਟ ਸੀ, ਕਹਿੰਦਾ ਜੀ ਮੈਨੂੰ ਕੋਈ ਐਸਾ ਬੰਦਾ ਨਹੀਂ ਮਿਲਿਆ ਜਿਹਦੇ ਤੋਂ ਮੈਂ ਅਫਸਾਨਾ ਨਾ ਅਖਜ਼ ਕੀਤਾ ਹੋਵੇ ਮੈਂ, ਜਾਂ ਉਹਦੇ ਤੋਂ ਅਫਸਾਨਾ ਮੈਂ ਨਾ ਲੈ ਸਕਦਾ। ਮਤਲਬ ਇਹ ਕਿ ਹਰ ਇਨਸਾਨ ਦੇ ਨਾਲ ਇੱਕ ਕਹਾਣੀ ਜੁੜੀ ਹੈ, ਕਹਾਣੀ ਜੁੜੀ ਹੈ, ਉਹ ਆਪਣੇ ਨਾਲ ਕਹਾਣੀ ਨੂੰ ਲੈ ਕੇ ਟੁਰਦਾ ਫਿਰਦਾ ਕਿਰਦਾਰ ਹੁੰਦਾ ਹੈ, ਅਤੇ ਉਹ ਫਿਰ ਲਿਖਾਰੀ ਦੇ ਉੱਤੇ ਡਿਪੈਂਡ ਕਰਦਾ ਕਿ ਉਹਨੂੰ ਕਿਸ ਤਰ੍ਹਾਂ ਲੈਂਦਾ ਔਰ ਕਿਸ ਤਰ੍ਹਾਂ ਉਹਨੂੰ ਲੋਕਾਂ ਸਾਹਮਣੇ ਪੇਸ਼ ਕਰਦਾ। ਅੱਛਾ ਇਹ ਪਤਾ ਨਹੀਂ ਮੇਰੇ 'ਚ ਕੀ ਖੂਬੀ ਹੈ ਜਾਂ ਖਾਮੀ ਹੈ, ਮੈਂ ਸਮਝ ਨਹੀਂ ਸਕਿਆ ਕਿ ਅਕਸਰ ਔਰਤਾਂ ਨੇ, ਅਜਨਬੀ ਔਰਤਾਂ ਨੇ ਜਾਂ ਐਵੇਂ ਤਾਰਫ ਹੋਇਆ ਤੇ ਬਿਲਾ ਵਜ੍ਹਾ ਆਪਣੇ ਦਿਲ ਦਾ ਹਾਲ, ਆਪਣੇ ਮਸਾਇਲ, ਆਪਣਾ ਇਹ ਸਾਰਾ ਮੇਰੇ ਅੱਗੇ ਮੰਨ। ਤੁਸੀਂ ਕਦੀ ਬੈਠ ਕੇ ਸੋਚਿਆ ਨਹੀਂ ਕਿ ਤੁਹਾਡੇ ਨਾਲ ਹੀ ਐਸਾ ਕਿਉਂ? ਨਹੀਂ ਮੈਂ ਤਾਂ ਸੋਚਦਾ ਹੀ ਆ, ਤੇ ਮੈਂ ਐਬਨੋਰਮਲ ਤਾਂ ਹੀ ਹੋ, ਐਬਨੋਰਮਲ ਹੈ। ਅੱਛਾ, ਕੜਵੇ ਬਾਦਾਮ ਕਿਸ ਤਰ੍ਹਾਂ ਲਿਖਿਆ ਤੁਸੀਂ, ਉਹ ਕੀ? ਨਹੀਂ, ਕੜਵੇ ਬਾਦਾਮ ਜਿਹੜੇ ਨੇ ਨਾ, ਇਹ ਮੇਰੇ ਦਰਅਸਲ ਹੋਇਆ ਅਫਸਾਨੇ ਸਹੀ ਤਰਤੀਬ ਨਾਲ ਹੀ ਛਪੇ ਨੇ। ਮੈਂ ਮੁਲਤਾਨ ਜਦੋਂ ਲੈਕਚਰਾਰ ਬਣ ਕੇ ਗਿਆ 62 'ਚ, 70 ਤੱਕ ਮੈਂ ਰਿਹਾ। ਇਹ ਜਿਹੜੇ ਸਨ ਨਾ, ਜਿਹੜਾ ਆਖਰੀ ਮਜਮੂਆ ਵੇ ਮੁੱਠੀ ਭਰ ਸਾਮ ਜੀ, ਇਹ ਸਾਰੇ ਨੇ ਸੈਕਸ ਦੇ, ਐਬਨੋਰਮਲ ਸੈਕਸ ਦੇ ਔਰ ਐਬਨੋਰਮਲ ਜੋ ਬਿਹੇਵੀਅਰ ਹੈ ਮਰਦਾਂ ਦਾ ਔਰਤਾਂ ਦਾ, ਉਹਦੇ 'ਚ ਲੈਸਬੀਅਨ ਵੀ ਨੇ, ਉਹਦੇ 'ਚ ਹੋਮੋਸੈਕਸ਼ੁਅਲ ਵੀ, ਮਤਲਬ ਉਹ ਥੀਮਾ 40 ਸਾਲ ਪਹਿਲਾਂ ਤਾਂ ਮੁਲਤਾਨ ਕੋ ਰਾਮ ਪਰ ਪਹੁੰਚ ਜਾਂਦਾ ਸੀ ਅਫਸਾਨੇ ਜਦੋਂ ਮੇਰੇ ਛਪਦੇ ਸਨ ਤੇ, ਔਰ ਅਦਬੀ ਨਸ਼ਿਸ਼ਤਾਂ 'ਚ ਪੜ੍ਹੇ ਤਾਂ ਬੜੀ ਕੰਟਰੋਵਰਸੀ ਹੁੰਦੀ ਸੀ। ਉਹ ਜਿਹੜੇ ਸਨ ਨਾ, ਜ਼ਿਆਦਾ ਦੌਰ ਆਇਆ ਤਾਂ ਮੇਰਾ ਪਬਲਿਸ਼ਰ ਕਹਿੰਦਾ ਯਾਰ ਤੂੰ ਵੀ ਸਰਕਾਰੀ ਮੁਲਾਜ਼ਮ ਹੈ, ਅੱਜ ਕੱਲ੍ਹ ਬੜੀ ਪਕੜ ਦਿਖੜੇ, ਇਹ ਅਫਸਾਨੇ ਤੂੰ ਨਾ ਛਪਵਾ, ਇਹਨਾਂ ਨੂੰ ਰੋਕ ਲੈ। ਔਰ ਮੈਂ ਕਿਹਾ ਜੀ ਠੀਕ ਹੈ, ਮੈਨੂੰ ਵੀ ਗੱਲ ਸਮਝ ਆ ਗਈ। ਫਿਰ ਮੈਂ ਜਿਹੜੇ ਸਨ ਨਾ, ਕੜਵੇ ਬਾਦਾਮ ਜਿਹੜੇ ਲਾਹੌਰ ਆ ਕੇ ਮੈਂ ਲਿਖੇ ਸਨ ਜੀ, ਉਹਨੂੰ 'ਚ ਕੋਈ ਪੋਲੀਟੀਕਲ ਨੇ, ਕੁਛ ਅਲਾਮਤੀ ਨੇ, ਕੁਛ ਤਜਰੀਦੀ ਨੇ, ਕੁਛ ਤਜਰਬਾਤੀ ਨੇ, ਕੁਛ ਸਮਾਜੀ ਨੇ, ਉਹਨਾਂ 'ਚ ਕੋਈ ਸਾਈਕੋਲੋਜੀ ਜਾਂ ਸੈਕਸ ਨਹੀਂ ਹੈਗੀ ਹੈ। ਇਹ ਜਿਹੜੇ ਸਨ ਨਾ, ਇਹ ਮਜਮੂਆ ਪਹਿਲੋਂ ਛਪਿਆ। ਅੱਛਾ, ਮੇਰਾ ਇੱਕ ਦੋਸਤ ਸੀ, ਕੁਲੀਗ ਵੀ ਸੀ, ਜਾਵੇਦ ਇਕਬਾਲ, ਫਲਸਫੇ ਦਾ ਪ੍ਰੋਫੈਸਰ ਸੀ, ਜੀ ਸੀ ਵੀ ਸਾਡੇ ਨਾਲ, ਉਹਨੂੰ ਸ਼ੌਕ ਸੀ ਕਿਤਾਬਾਂ ਛਾਪਣ ਦਾ। ਮੈਨੂੰ ਕਹਿੰਦਾ ਡਾਕਟਰ ਸਾਹਿਬ ਮੇਰੀ ਬੜੀ ਖੁਆਇਸ਼ ਹੈ ਕਿ ਤੁਹਾਡੀ ਮੈਂ ਕੋਈ ਕਿਤਾਬ ਛਾਪਾਂ। ਮੈਂ ਆਖਿਰ ਇਹ ਅਫਸਾਨੇ ਪਏ ਨੇ, ਜਾਂ ਤਾਂ ਕਿਤਾਬ ਬੈਨ ਹੋ ਜਾਏਗੀ ਜਾਂ ਇਹ ਕਿਤਾਬ ਹਿੱਟ ਹੋ ਜਾਏਗੀ, ਦਰਮਿਆਨ 'ਚ ਕੁਛ ਨਹੀਂ ਹੋਣਾ। ਕਹਿੰਦਾ ਜੀ ਠੀਕ ਹੈ ਮੈਂ ਛਾਪਣਾ। ਉਹ ਵੁੱਡ ਯੂ ਬਿਲੀਵ ਕਿ ਉਹ ਬੜੀ ਦੇਰ ਤੱਕ ਕਰਾਚੀ ਔਰ ਦੂਸਰੇ ਸ਼ਹਿਰਾਂ 'ਚ ਉਹ ਬੈਸਟ ਸੈਲਰ ਦੇ ਤੌਰ 'ਤੇ ਰਹੀ ਹੈ। ਔਰ ਹਾਲਾਂਕਿ ਉਹ ਪ੍ਰੋਫੈਸ਼ਨਲ ਆਦਮੀ ਨਹੀਂ ਸੀ, ਪ੍ਰੋਫੈਸਰ ਸੀ, ਸ਼ੌਕ ਸੀ ਜੀ, ਮਾਰਕੀਟਿੰਗ ਨਾ ਕਰਨ ਦੇ ਬਾਵਜੂਦ ਸਾਰਾ ਐਡੀਸ਼ਨ ਖਤਮ ਹੋ ਗਿਆ। ਔਰ ਇੱਕ ਸਟੇਜ ਆਈ ਕਿ ਮੈਨੂੰ ਫਰਮਾਇਸ਼ ਆਉਂਦੇ ਸੀ ਯਾਰ ਉਹਦੀ ਫੋਟੋ ਕਾਪੀ ਕਰਾ ਕੇ ਤੁਹਾਨੂੰ ਅਫਸਾਨਿਆਂ ਦੀ ਭੇਜ। ਅੱਛਾ, ਉਹ ਗਾਲਬਨ ਲੋਕਾਂ ਨੂੰ ਇਹਨਾਂ ਮੌਜੂਆਤ ਨਾਲ ਜ਼ਿਆਦਾ ਦਿਲਚਸਪੀ ਹੈ ਔਰ ਜਾਣਨਾ ਚਾਹੁੰਦੇ ਨੇ। ਜ਼ਬਤ ਦੀ ਦੀਵਾਰ ਨੋਵਲੇਟ ਜਿਹੜਾ ਹੈ ਤੁਹਾਡਾ, ਇਹ ਨੋਵਲੇਟ ਹੈ, ਔਰ ਇਹਦੀ ਕੀ ਵਜ੍ਹਾ ਸੀ, ਇਹਦੇ ਪਿੱਛੇ ਕੀ, ਕਿਸ ਚੀਜ਼ ਨੇ ਤੁਹਾਨੂੰ ਮੁਤਹਰਕ ਕੀਤਾ ਕਿ ਤੁਸੀਂ ਇਹਨੂੰ ਲਿਖਿਆ? ਜ਼ਬਤ ਕੀ ਦੀਵਾਰ ਜਿਹੜਾ ਸੀ ਨਾ, ਇਹ ਮੈਂ ਇਸ ਤਰ੍ਹਾਂ ਸੋਚਿਆ ਕਿ ਬਹੁਤ ਜ਼ਿਆਦਾ ਜਿਹੜਾ ਨੇਕ ਆਦਮੀ ਹੈ ਜੀ, ਮੈਂ ਮਜ਼ਬੀ ਦਾ ਲਫ਼ਜ਼ ਇਸਤੇਮਾਲ ਨਹੀਂ ਕਰਦਾ, ਉਹਦੇ ਕੋਲੋਂ ਬਾਅਦ ਦਫ਼ਾ ਕਾਰੇ ਖੈਰ ਹੋਣਾ ਮੁਸ਼ਕਿਲ ਹੋ ਜਾਂਦਾ, ਉਹਦੀ ਨੇਕੀ ਉਹਦੇ ਵਾਸਤੇ ਟੈਬੂ ਬਣ ਜਾਂਦੀ ਹੈ। ਇਹ ਬੜਾ ਉਲਝਿਆ ਹੋਇਆ ਕਿੱਸਾ, ਔਰ ਇਹ ਮਾਡਲ ਬਣੇ ਸਨ ਮੇਰੇ ਤਮਾਮ ਦੋਸਤ ਜਿਹੜੇ ਸਨ ਨਾ, ਗ੍ਰੈਜੂਏਸ਼ਨ ਦੇ ਸਾਥੀ,
ਰਾਵਲਪਿੰਡੀ ਮੈਂ ਗਵਰਨਮੈਂਟ ਕਾਲਜ ਅਸਕਰ ਮਾਲ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਮੈਂ ਨਾਮ ਬਦਲ ਬਦਲ ਕੇ ਜਿਹੜੇ ਜਿਤਨੇ ਮੇਰੇ ਦੋਸਤ ਹਨ ਨਾ ਚੰਡਾਲ ਚੌਕੜੀ ਸਾਰੀ ਉਹਨਾਂ ਦਾ ਸਾਰਾ ਉਹੀ ਕਾਲਜ ਦਾ ਮਾਹੌਲ ਉਹੀ ਸਾਰਾ ਈਵਨ ਇਮਾਰਤ ਜਿਹੜੀ ਸੀ ਉਹ ਵੀ ਉਹੀ ਸੀ ਮੈਂ ਉਹਦੇ 'ਚ ਦੱਸੀ ਹੋਈ ਜੋ ਕਿ ਐਕਚੁਅਲ ਹੈ ਪ੍ਰੋਫੈਸਰਾਂ ਨੂੰ ਵੀ ਨਾਮ ਬਦਲ ਕੇ ਮੈਂ ਇਸਤੇਮਾਲ ਕੀਤਾ ਹੋਇਆ ਸੀ ਉਹਦੇ 'ਚ ਕਹਾਣੀ ਚੱਲਦੀ ਕਿ ਬਹੁਤ ਨੇਕ ਆਦਮੀ ਦਾ ਬੜਾ ਨੇਕ ਲੜਕਾ ਹੈ ਔਰ ਅੱਗੇ ਬਹੁਤ ਕੰਪਲੀਕੇਸ਼ਨ ਹੋ ਕੇ ਇੱਕ ਵਾਈਫ 'ਚ ਉਹਨੂੰ ਆਪਣਾ ਗੁੰਮਸ਼ੁਦਾ ਬੇਟਾ ਨਜ਼ਰ ਆਉਂਦਾ ਉਹ ਉਹਦੇ ਕੋਲੋਂ ਚਾਹੁੰਦੀ ਹੈ ਮਾਂ ਦੀ ਮੁਹੱਬਤ ਚਾਹੁੰਦੀ ਹੈ ਲੇਕਿਨ ਉਹ ਦੇ ਨਹੀਂ ਸਕਦਾ ਕਿਉਂਕਿ ਉਹਦੀ ਕੰਡੀਸ਼ਨਿੰਗ ਇਹ ਨਹੀਂ ਹੈਗੀ ਕਿ ਇਹੋ ਜਿਹੀ ਔਰਤ ਨੂੰ ਮਾਂ ਦੀ ਮੁਹੱਬਤ ਦੀ ਜਾਂ ਫੋਰ ਦੈਟ ਪਰਪਸ ਕਿਸੇ ਤਰ੍ਹਾਂ ਦੀ ਵੀ ਮੁਹੱਬਤ ਦੇ ਸਕੇ ਠੀਕ ਇੱਥੇ ਹੀ ਇਹ ਨੋਵਲ ਟਾ ਕੇ ਖਤਮ ਹੁੰਦਾ ਉਹ ਜਦ ਤੱਕ ਪੜ੍ਹੋਗੇ ਨਹੀਂ ਤੁਹਾਨੂੰ ਸਹੀ ਸਹੀ ਅੱਛਾ ਇਸ ਦੇ ਨਾਲ ਨਾਲ ਤੁਸੀਂ ਇਕਬਾਲ ਦੇ ਉੱਤੇ ਕੰਮ ਕੀਤਾ ਤੁਸੀਂ ਗਾਲਿਬ 'ਤੇ ਕੰਮ ਕੀਤਾ ਤੁਸੀਂ ਲਸਾਨੀਅਤ 'ਤੇ ਬਹੁਤ ਕੰਮ ਕੀਤਾ 60 ਤੋਂ ਜ਼ਿਆਦਾ ਤੁਹਾਡੀਆਂ ਕਿਤਾਬਾਂ ਜਿਹੜੀਆਂ ਨੇ ਉਹ ਮਾਰਕੀਟ ਵਿੱਚ ਨੇ ਔਰ ਲੋਕ ਫਾਇਦਾ ਚੁੱਕ ਰਹੇ ਨੇ ਔਰ ਫਿਰ ਅੱਗੋਂ ਕਿਤਾਬਾਂ ਦੇ ਅੱਗੋਂ ਆਉਣ ਦਾ ਸਿਲਸਿਲਾ ਵੀ ਜਾਰੀ ਹੈ ਇਕਬਾਲ 'ਤੇ ਜਿਹੜਾ ਤੁਸੀਂ ਕੰਮ ਕੀਤਾ ਉਹਦੇ ਮੁਤਲਕ ਮੈਂ ਨਾਜ਼ਰੀਨ ਤੱਕ ਪਹੁੰਚਾਉਣਾ ਚਾਹਾਂਗੀ ਖਾਸ ਤੌਰ 'ਤੇ ਕਿੰਨਾ ਤੁਸੀਂ ਇਕਬਾਲ ਦਾ ਜਿਹੜਾ ਕਲਾਮ ਹੈ ਉਹਦੇ 'ਚੋਂ ਵੀ ਨਫਸਿਆਤੀ ਪਹਿਲੂ ਨੂੰ ਤੁਸੀਂ ਉਹਦੇ ਤਨਕੀਦ ਦਾ ਨਿਸ਼ਾਨਾ ਬਣਾਇਆ ਜਾਂ ਕੁਛ ਹੋਰ ਕੀਤਾ ਜਿਹੜੇ ਮੇਰੇ ਤਨਕੀਦੀ ਗੁਨਾਹ ਨੇ ਨਾ ਗੁਨਾਹ ਹੈ ਕਬੀਰਾ ਉਹਨਾਂ 'ਚ ਇੱਕ ਇਹ ਵੇ ਕਿ ਮੈਂ ਇੱਕ ਆਰਟੀਕਲ ਲਿਖਿਆ 1977 ਵਿੱਚ ਉਦੋਂ ਨਕੂਸ਼ ਦੇ ਇਕਬਾਲ ਨੰਬਰ ਛਪਿਆ ਸੀ ਇਕਬਾਲ ਦਾ ਨਫਸਿਆਤੀ ਮੁਤਾਲਾ ਉਹ ਮੈਨੂੰ ਗਾਲਾਂ ਪਈਆਂ ਨੇ 77 ਤੋਂ ਲੈ ਕੇ 2008 ਤੱਕ ਅੱਛਾ ਅੱਜ ਵੀ ਬਾਅਦ ਐਸੇ ਮੈਂ ਉਹਨਾਂ ਦਾ ਨਾਂ ਨਹੀਂ ਲੈਂਦਾ ਐਸੇ ਇਕਬਾਲ ਸ਼ਨਾਸ ਹੈ ਨੇ ਤੁਸੀਂ ਆ ਕੇ ਅਗਰ ਆਖੋ ਕਿ ਸਲੀਮ ਅਖਤ ਨੇ ਕੀ ਲਿਖਿਆ ਉਹ ਫਟ ਪੈਂਦੇ ਨੇ ਹਾਲਾਂਕਿ ਮੈਨੂੰ ਪਤਾ ਸੀ ਕਿ ਬੜਾ ਨਾਜ਼ੁਕ ਮੌਜੂ ਹੈ ਔਰ ਬੜਾ ਖਤਰਨਾਕ ਮੌਜੂ ਹੈ ਔਰ ਤਮਾਮ ਮੈਂ ਡਾਕੂਮੈਂਟੇਸ਼ਨ ਕੀਤੀ ਹੈ ਕੋਈ ਗੱਲ ਬਗੈਰ ਹਵਾਲੇ ਦੇ ਅਲਾਮਾ ਇਕਬਾਲ ਦੇ ਖਤੂਤ ਅਤੀਆਂ ਜਿਹੜੇ ਲਿਖੇ ਸਨ ਔਰ ਉਹਨਾਂ ਦੀ ਸ਼ਾਇਰੀ ਮਤਲਬ ਬਿਲਕੁਲ ਕੋਈ ਚੀਜ਼ ਹਵਾਈ ਨਹੀਂ ਸੀ ਬਹੁਤ ਸੋਚ ਸਮਝ ਕੇ ਲਿਖਿਆ ਸੀ ਸਾਡਾ ਮਸਲਾ ਹੈ ਕਿ ਜੀ ਅਜੀਬੋ ਗਰੀਬ ਸਾਡਾ ਮੁਲਕ ਹੈ ਅਸੀਂ ਨਫਸ ਪ੍ਰਸਤੀ 'ਤੇ ਅਲਾਓ ਕਰਦੇ ਹਾਂ ਅਸੀਂ ਨਫਸਿਆਤ ਨੂੰ ਅਲਾਓ ਨਹੀਂ ਕਰਦੇ ਅਜੇ ਤੱਕ ਇਹ ਟੈਬੂ ਹੈਗੀ ਅਤੇ ਜਿੱਥੇ ਇਹੋ ਜਿਹੇ ਮਸਾਇਲ ਹੋਣ ਉੱਥੇ ਫਿਰ ਲਿਖਣ ਵਾਲੇ ਨੂੰ ਖਾਸੀ ਕੜਵੀ ਗੋਲੀਆਂ ਖਾਣੀਆਂ ਪੈਂਦੀਆਂ ਅਤੇ ਮੈਂ ਆਦੀ ਹਾਂ ਮਤਲਬ ਮੈਂ ਤਾਂ ਆਖਿਆ ਸੀ ਜਗ੍ਹਾ ਕਿ ਜੀ ਮੈਂ ਤਾਂ ਸੋਚੇ ਸਮਝੇ ਮਨਸੂਬੇ ਦੇ ਤਹਿਤ ਭਿੜਾਂ ਦੇ ਛੱਤੇ 'ਚ ਹੱਥ ਦਿੱਤਾ ਹੋਇਆ ਤੁਸੀਂ ਮੇਰੀ ਤਨਕੀਦ ਪਸੰਦ ਨਾ ਕਰੋ ਲੇਕਿਨ ਭਿੜਾਂ ਕਟਵਾਉਣ ਦਾ ਤਾਂ ਮੈਨੂੰ ਕ੍ਰੈਡਿਟ ਦਿਓ ਤੁਸੀਂ ਠੀਕ ਅੱਛਾ ਗਾਲਿਬ ਦੇ ਜਿਹੜਾ ਤੁਸੀਂ ਕੰਮ ਕੀਤਾ ਉਹਦੇ 'ਚ ਕਿਹੜਾ ਪਹਿਲੂ ਤੁਸੀਂ ਗਾਲਿਬ ਤਾਂ ਪਿਓਰ ਸਾਈਕੋਐਨਾਲਿਟਿਕ ਹੈ ਉਹ ਕਿਤਾਬ ਹੈ ਸ਼ੂਰ ਔਰ ਲਾ ਸ਼ੂਰ ਕਾ ਸ਼ਾਇਰ ਗਾਲਿਬ ਔਰ ਇਹਦਾ ਗਾਲਬਨ ਤੀਸਰਾ ਐਡੀਸ਼ਨ ਇਸ ਵੇਲੇ ਮਾਰਕੀਟ 'ਚ ਵਿਕ ਰਿਹਾ ਜੀ ਇਹ ਹੈ ਤਾਂ ਡਿਫਰੈਂਟ ਆਰਟੀਕਲ ਲੇਕਿਨ ਇਹ ਕਿ ਤਮਾਮ ਦੀ ਜਿਹੜੀ ਸਲਾਂਟ ਹੈ ਨਾ ਉਹ ਸਾਈਕੋਐਨਾਲਿਟਿਕਲ ਗਾਲਿਬ ਦਾ ਤਸੱਵਰ ਹੈ ਗਮ ਗਾਲਿਬ ਦੇ ਇਸ਼ਕ ਜਿਹੜਾ ਜੇ ਗਾਲਿਬ ਦੀ ਪਰਸਨੈਲਿਟੀ ਦਾ ਮੇਕਅਪ ਗਾਲਿਬ ਦੇ ਖਤੂਤ ਵਿੱਚੋਂ ਉਹ ਨਫਸਿਆਤੀ ਹਵਾਲੇ ਕੱਢੇ ਨੇ ਜਿਹਨਾਂ ਨਾਲ ਉਹਦੀ ਸ਼ਖਸੀਅਤ ਨੂੰ ਸਮਝਿਆ ਜਾ ਸਕਦਾ ਇੱਕ ਆਰਟੀਕਲ ਜਿਹਦੇ 'ਤੇ ਮੈਨੂੰ ਬੜੀਆਂ ਗਾਲਾਂ ਪਈਆਂ ਇਕਬਾਲ ਸ਼ਨਾਸਾ ਕੋਲੋਂ ਉਹ ਸੀ ਗਾਲਿਬ ਕੀ ਨਰਗਸੀਅਤ ਅੱਛਾ ਉਹਨਾਂ ਆਖਿਆ ਲੋਜੀ ਇਹ ਨੇ ਕਿ ਗਾਲਿਬ ਨੂੰ ਕਰ ਦਿੱਤਾ ਉਹਦੇ 'ਚੋਂ ਨਰਗਸੀਅਤ ਕੱਢ ਦਿੱਤੀ ਹੈ ਨਰਗਿਸ ਨਾਲ ਦਿਲਚਸਪੀ ਹੈ ਵੇ ਨਰਗਸੀਅਤ ਨਾਲ ਦਿਲਚਸਪੀ ਨੇ ਜਿਹੜੀ ਇਲਮੀ ਚੀਜ਼ ਹੈਗੀ ਤੋ ਮਤਲਬ ਮੈਂ ਇਹੋ ਜਿਹੇ ਬਖੇੜੇ 'ਚ ਉਲਝਿਆ ਰਿਹਾ ਜੋ ਮਤਲਬ ਆਮ ਕਾਰੀ ਜਿਹਨਾਂ ਚੀਜ਼ਾਂ ਤੱਕ ਨਹੀਂ ਪਹੁੰਚ ਸਕਦਾ ਤੁਸੀਂ ਆਪਣੀ ਉਸ ਅਪਰੋਚ ਨਾਲ ਜਿਹੜੀ ਕਿ ਤੁਹਾਡੀ ਨਫਸਿਆਤੀ ਤਨਕੀਦ ਦੀ ਜਿਹੜੀ ਅਪਰੋਚ ਹੈ ਤੁਸੀਂ ਉਸ ਜਗ੍ਹਾ ਤੱਕ ਉਸ ਪੁਆਇੰਟ ਤੱਕ ਪਹੁੰਚਦੇ ਹੋ ਤਾਂ ਜਿਸ ਵਕਤ ਉਹਨੂੰ ਤੁਸੀਂ ਹਾਈਲਾਈਟ ਕਰਦੇ ਹੋ ਤਾਂ ਲੋਕ ਉਹਨੂੰ ਪਸੰਦ ਨਹੀਂ ਕਰਦੇ ਇਸ ਵਾਸਤੇ ਕਿ ਸਾਡੇ ਇੱਕ ਤਾਂ ਲੋਕਾਂ ਦਾ ਮੁਤਾਲਾ ਨਹੀਂ ਹੁੰਦਾ ਜੀ ਦੂਸਰੀ ਚੀਜ਼ ਜਿਸ ਤਰ੍ਹਾਂ ਮੈਂ ਕਿ ਇਬਤਦਾ 'ਚ ਅਰਜ਼ ਕੀਤੀ ਸੀ ਕਿ ਜਦ ਤੱਕ ਤੁਸੀਂ ਇੱਕ ਇਲਮ ਦਾ ਮੁਤਾਲਾ ਨਾ ਕੀਤਾ ਹੋਵੇ ਤੁਸੀਂ ਉਹਦੇ ਹਵਾਲੇ ਨਾਲ ਕੀਤੀ ਹੋਈ ਗੁਫਤਗੂ ਜਾਂ ਤਹਿਰੀਰ ਜਾਂ ਤਨਕੀਦ ਨੂੰ ਤੁਸੀਂ ਐਪਰੀਸ਼ੀਏਟ ਨਹੀਂ ਕਰ ਸਕਦੇ ਠੀਕ ਅਤੇ ਇੱਥੇ ਤਾਂ ਇਹ ਨਾ ਕਿ ਕੁਛ ਕਲੀਸ਼ੇ ਨੇ ਕੁਛ ਟੈਬੂਜ ਨੇ ਕੁਛ ਸੁਣੀ ਸੁਣੀਆਂ ਗੱਲਾਂ ਨੇ ਬਰਾਹ ਰਾਸ ਕੋਈ ਮੁਤਾਲਾ ਕਰਦਾ ਨਹੀਂ ਹੈ ਔਰ ਇੱਕ ਤੁਸੀਂ ਆਮ ਡਗਰ ਤੋਂ ਹਟ ਕੇ ਗੱਲ ਕਰੋ ਫੋਰਨ ਕੰਟਰੋਵਰਸੀ ਬਣ ਜਾਂਦੀ ਹੈ ਅੱਛਾ ਨਕਾਦਾਂ ਨੂੰ ਬੈਨ ਅਲ ਅਕਵਾਮੀ ਸਤ੍ਹਾ 'ਤੇ
ਕੀ ਸਮਝਿਆ ਜਾਂਦਾ? ਇਹ ਸਮਝਿਆ ਜਾਂਦਾ ਕਿ ਤਨਕੀਦ ਕਰਨਾ ਬੜਾ ਆਸਾਨ ਹੈ, ਇਸ ਵਾਸਤੇ ਨਕਾਦ ਬਣ ਜਾਂਦੇ ਨੇ ਲੋਕ? ਨਹੀਂ, ਖਵਾ ਸਾਡਾ ਮੁਲਕ ਹੋਵੇ, ਹਿੰਦੁਸਤਾਨ ਜਾਂ ਬੈਨ ਉਲਅਕਵਾਮੀ ਕੋਈ ਵੀ ਮੁਲਕ ਹੈਗਾ, ਨਕਾਦ ਨੂੰ ਕਿੱਧਰ ਵੀ ਪਸੰਦ ਨਹੀਂ ਕੀਤਾ ਜਾਂਦਾ। ਉਹਦੀ ਵਜ੍ਹਾ ਇਹ ਵੀ ਕਿ ਜਿਹੜਾ ਅਦੀਬ ਹੈ ਜੀ, ਪਰਟੀਕੁਲਰ ਜਿਹੜਾ ਸ਼ਾਇਰ ਹੈ ਜੀ, ਔਰ ਸਾਡੇ ਕਲਚਰ ਦਾ ਸ਼ਾਇਰ, ਉਹ ਆਪਣੇ ਬਾਰੇ 'ਚ ਬਹੁਤ ਹਸਾਸ ਹੁੰਦਾ। ਜਿਸ ਤਰ੍ਹਾਂ ਮੀਰ ਨੇ ਤਾਂ ਆਖਿਆ ਨਾ, ਕਹਿ ਸਕਦਾ ਸੀ ਕਿ ਮੁਸਤਨਦ ਹੈ ਮੇਰਾ ਫਰਮਾਇਆ ਹੁਆ, ਲੇਕਿਨ ਹਰ ਸ਼ਖਸ ਇਹੋ ਸਮਝਦਾ ਕਿ ਮੇਰਾ ਫਰਮਾਇਆ ਮੁਸਤਨਦ ਹੈ। ਅੱਛਾ, ਤੁਸੀਂ ਆਖੋ ਮਸਲ, ਮੈਨੂੰ ਕਿਤਾਬਾਂ ਦੇ ਫਲੈਪ ਵਾਸਤੇ ਲੋਕ ਕਹਿੰਦੇ ਨੇ, ਦਿਬਾਚੀ ਵਾਸਤੇ ਕਹਿੰਦੇ ਨੇ, ਤਕਰੀਬਾਤ ਵਾਸਤੇ ਕਹਿੰਦੇ ਨੇ, ਹੁਣ ਮੈਂ ਕਹਿੰਦਾ ਕਿ ਯਾਰ ਤੇਰੀ ਤਿੰਦ 'ਚ ਵਜ਼ਨ ਹੀ ਦਰੁਸਤ ਨਹੀਂ ਹੈਗਾ। ਉਹ ਛੱਡੋ ਜੀ ਡਾਕਟਰ ਸਾਹਿਬ, ਵਜ਼ਨ 'ਚ ਕੀ ਪਿਆ ਜੇ, ਤੁਸੀਂ ਮੇਰੇ ਕੰਟੈਂਟ ਦੇਖੋ, ਤੁਸੀਂ ਮੇਰੇ ਖਿਆਲਾਤ ਦੇਖੋ। ਅੱਛਾ, ਉਹ ਵੀ ਖਿਆਲਾਤ ਨੂੰ ਕੀ ਕਰੇ ਅਗਰ ਤੂੰ ਬੇਬਹਿਰਾ ਸ਼ਾਇਰੀ ਪਿਆ ਕਰਨਾ। ਅੱਛਾ, ਇਹ ਗੱਲ ਆਖੋ ਤਾਂ ਨਾਰਾਜ਼ ਹੋ ਜਾਂਦਾ ਬੰਦਾ, ਔਰ ਨਕਾਦ ਨੂੰ ਇਹ ਗੱਲ ਕਹਿਣੀ ਪੈਂਦੀ। ਨਕਾਦ ਅਗਰ ਇਹ ਗੱਲ ਨਹੀਂ ਕਰਦਾ ਤਾਂ ਨਕਾਦ ਨਹੀਂ ਹੈ। ਦੇਖੋ ਨਾ, ਤੇ ਜ਼ਿਆਦਾ ਮੁਸ਼ਕਿਲ ਕੰਮ 'ਚ ਤੁਸੀਂ ਹੱਥ ਨਹੀਂ ਪਾ ਲਿਆ, ਆਸਾਨ ਕੰਮ ਛੱਡ ਕੇ? ਉਹ ਜੀ ਮੁਕੱਦਰ ਹੀ ਇਹੋ ਲਕੀਰ ਸੀ, ਮੈਂ ਹੁਣ ਕੀ ਕਰਾਂ। ਅੱਛਾ, ਇਹਦੇ ਨਾਲ ਨਾਲ ਤੁਸੀਂ ਆਟੋਬਾਇਓਗ੍ਰਾਫੀ ਤੁਸੀਂ ਲਿਖੀ ਆਪਣੀ, ਔਰ ਨਿਸ਼ਾਨੇ ਜਿਗਰ ਸੋਖਤਾ, ਹਾਂਜੀ, ਨਾ ਇੰਜ ਨਾ ਤੋਂ ਲੱਗਦਾ ਹੈ ਕਿ ਜਿਸ ਤਰ੍ਹਾਂ ਬਹੁਤ ਹੀ ਮਸਾਇਲ ਔਰ ਕਬਾਬ ਬਣੇ ਹੋਏ ਹੋਵਾਂਗਾ। ਬਿਲਕੁਲ ਬਿਲਕੁਲ, ਹਾਂਜੀ, ਕੀ ਵਜ੍ਹਾ? ਨਹੀਂ ਦੇਖੋ ਜੀ, ਉਹ ਅਸਲ ਚੀਜ਼ ਇਹ ਜੇ ਕਿ ਇਹ ਗਾਲਬ ਦਾ ਸ਼ੇਰ ਹੈ ਜੋ ਮੈਨੂੰ ਬਹੁਤ ਪਸੰਦ ਹੈ, ਕੁਮਰੀ ਕਫੇ ਖਾ ਕਿਸ ਤਰ੍ਹਾਂ ਬੁਲਬੁਲ ਕਫਸੇ ਰੰਗ, ਇਹ ਨਾਲਾ ਨਿਸ਼ਾਨੇ ਜਿਗਰੇ ਸੋਖਤਾ ਕਿਆ ਹੈ, ਇਹ ਮੈਂ ਉਸ ਸ਼ੇਰ ਤੋਂ ਟਾਈਟਲ ਲਿੱਤਾ ਸੀ। ਠੀਕ, ਬਾਕੀ ਜਿਹੜਾ ਸੀ ਨਾ, ਮੈਂ ਮਤਲਬ ਕਿ ਇੱਕ ਚੀਜ਼ ਦਾ ਮੈਂ ਦਾਅਵਾ ਕਰ ਸਕਦਾ ਔਰ ਪੜ੍ਹਨ ਵਾਲਿਆਂ ਨੇ ਮਹਿਸੂਸ ਵੀ ਕੀਤਾ ਹੈ ਕਿ ਮੈਂ ਨਾ ਤਾਂ ਝੂਠ ਬੋਲਿਆ, ਨਾ ਆਪਣੇ ਆਪ ਨੂੰ ਹੀਰੋ ਬਣਾਇਆ, ਨਾ ਆਪਣੇ ਆਪ ਨੂੰ ਗਲੋਰੀਫਾਈ ਕੀਤਾ। ਜੈਸੀ ਮੇਰੀ ਜ਼ਿੰਦਗੀ ਸੀ, ਮੈਂ ਵੈਸੀ ਹੀ, ਜੈਸੀ ਬਸਰ ਕੀਤੀ ਹੈ ਵੈਸੀ ਹੀ ਬਿਆਨ ਕੀਤੀ ਹੈ, ਔਰ 4 ਸਾਲ 'ਚ ਮੈਂ ਕਿਤਾਬ ਮੁਕੰਮਲ ਕੀਤੀ ਸੀ। ਇਹ ਬੜਾ ਮੇਰੇ 'ਤੇ ਆਸਾ ਵੀ ਬਹੁਤ ਸੀ, ਬਾਅਦ ਦਫ਼ਾ ਅੰਦਰ ਇੱਕ ਦਾਖਲੀ ਕਸ਼ਮਕਸ਼ ਐਸੀ ਸੀ ਕਿ ਮੈਂ ਹਫ਼ਤੋਂ ਮਹੀਨੋਂ ਮੈਂ ਲਿਖ ਨਹੀਂ ਸਕਦਾ ਸਾਂ। ਅੱਛਾ, ਦੂਸਰੀ ਚੀਜ਼ ਇਹ ਸੀ, ਮਸਲ ਮੈਂ ਇੱਕ ਵਾਕਿਆ ਉਹਦੇ 'ਚ ਬਿਆਨ ਕੀਤਾ ਹੈ ਕਿ ਮੈਂ ਗਾਲਬਨ 9ਵੀਂ ਸਾਂ 'ਤੇ ਮਾਸਟਰ ਨਾਲ ਲੜ ਪਿਆ, ਪਹਿਲੋਂ ਮਾਸਟਰ ਨੇ ਪਿਟਾਈ ਕੀਤੀ, ਮੈਂ ਵੀ ਜ਼ਿੱਦੀ ਸਾਂ, ਮਾਰ ਖਾਂਦਾ ਰਿਹਾ, ਕਿਤੇ ਕੋਈ ਬੋਲਦਾ ਰਿਹਾ, ਫਿਰ ਉਹ ਪਕੜ ਕੇ ਹੈੱਡਮਾਸਟਰ 'ਤੇ ਲੈ ਗਿਆ, ਉਹਨੇ ਪਿਟਾਈ ਕੀਤੀ, ਫਿਰ ਸਕੂਲੋਂ ਕੱਢ ਦਿੱਤਾ। ਅੱਛਾ, ਸਾਰਾ ਕੁਛ ਕਰਕੇ ਫਿਰ ਸਕੂਲੋਂ ਕੱਢ ਦਿੱਤਾ। ਚੱਲ ਕੱਲ੍ਹ ਆਪਣੇ ਪਿਓ ਨੂੰ ਲੈ ਕੇ ਆਈ, ਮੈਂ ਪਿਓ ਨੂੰ ਕਿੱਥੋਂ ਲੈ ਕੇ ਆਉਂਦਾ? ਮੇਰੇ ਵਾਲਦ ਮਤਲਬ ਬਹੁਤ ਸਮਝਦਾਰ ਸਨ, ਅੱਲਾ ਬਖਸ਼ੇ, ਬੜੇ ਲਿਬਰਲ ਸਨ, ਉਹਨਾਂ ਨੇ ਮੈਨੂੰ ਬੜੀ ਆਜ਼ਾਦੀ ਦਿੱਤੀ ਸੀ, ਲੇਕਿਨ ਇਹ ਨਹੀਂ ਬਰਦਾਸ਼ਤ ਕਰ ਸਕਣ ਕਿ ਪੁੱਤਰ ਮਾਸਟਰ ਨਾਲ ਬੇਵਕੂਫੀ ਦੀ ਗੱਲ ਕਰੇ, ਬੇਇੱਜ਼ਤੀ ਕਰੇ ਔਰ ਸਕੂਲੋਂ ਕੱਢਿਆ ਜਾਵੇ। ਮੈਂ ਰੋਜ਼ ਬਸਤਾ ਚੁੱਕਣਾ, ਇੱਧਰ ਉੱਧਰ ਫਿਰ ਫੁਰ ਕੇ ਸ਼ਾਮ ਨੂੰ ਸਕੂਲ ਦੇ ਹਿਸਾਬ ਨਾਲ ਵਾਪਸ ਆ ਜਾਂਦਾ, 3-4 ਦਿਨ ਮੈਂ ਇਸੇ ਤਰ੍ਹਾਂ ਬਾਗਾਂ 'ਚ ਫਿਰਦਾ ਰਿਹਾ। ਫਿਰ ਮੈਂ ਆਖਿਆ ਵੀ ਠੀਕ ਨਹੀਂ ਹੈ, ਫਿਰ ਸੋਚਿਆ ਮੈਂ ਆਪਣੀ ਵਾਲਦਾ ਨਾਲ ਗੱਲ ਕਰਾਂ, ਮੈਂ ਆਖਿਆ ਮਾਂ ਨੇ ਫਿਰ ਪਿਓ ਨੂੰ ਕਹਿਣਾ, ਡਿਊਟੀਆਂ ਉੱਥੋਂ ਵੀ ਪੈਣੀਆਂ ਨੇ। ਮੈਂ ਜਨਾਬ ਇੱਕ ਬੜੀ ਦਰਦਨਾਕ ਅਰਜ਼ੀ ਲਿਖੀ ਜੋ ਕਿ ਜਿੰਨਾ ਕਦਮ ਮੈਂ ਉਸ ਵੇਲੇ ਜਾਣਦਾ ਸਾਂ 9ਵੀਂ ਜਮਾਤ, ਸਾਰਾ ਦਬ ਉਹਦੇ 'ਚ ਪਾ ਦਿੱਤਾ, ਮੁਆਫ਼ੀਨਾਮਾ ਮਤਲਬ ਅਪੋਲੋਜੈਟਿਕ। ਮੈਂ ਸਿੱਧਾ ਹੈੱਡਮਾਸਟਰ ਕੋਲ ਚਲਾ ਗਿਆ, ਪੜ੍ਹ ਕੇ ਕਹਿੰਦਾ ਅੱਛਾ ਤੇਰਾ ਪਿਓ ਕੀ ਕਦਮ ਹੈ ਜੀ, ਇਹ ਕੰਮ ਕਰਦੇ ਨੇ, ਸਰਕਾਰੀ ਮੁਲਾਜ਼ਮ ਨੇ। ਉਹਨੇ ਬੁਲਾਇਆ ਮਾਸਟਰ, ਉਹਨਾਂ ਕਿ ਕੀ ਮਸਲਾ ਇਸ ਮੁੰਡੇ ਦਾ? ਕਹਿੰਦੇ ਜੀ ਚੰਗਾ ਭਲਾ ਹੈਗਾ ਵੇ, ਹੁਸ਼ਿਆਰ ਹੈ, ਪਰ ਉਸ ਦਿਨ ਪਤਾ ਨਹੀਂ ਇਹਨੂੰ ਕੀ ਹੋ ਗਿਆ ਸੀ, ਅਤੇ ਹੈ ਚੱਲ ਜਾ ਤੈਨੂੰ ਮੁਆਫ਼ ਕੀਤਾ, ਦੁਬਾਰਾ ਨਾ ਕਰੀ। ਅੱਛਾ, ਮੈਨੂੰ ਬੜੇ ਲੋਕਾਂ ਨੇ ਕਿਹਾ ਤੂੰ ਗੱਲ ਕਿਉਂ ਲਿਖੀ, ਮੈਂ ਕਿ ਮੈਂ ਕੋਈ ਪੈਦਾ ਹੀ ਡਾਕਟਰ ਸਲੀਮ ਅਖਤਰ ਨਹੀਂ ਸਾਂ ਜਾਂ ਪ੍ਰੋਫੈਸਰ, ਮੈਂ ਪੈਦਾ, ਮੈਂ ਇੱਕ ਐਵਰੀ ਤਾਲਬ ਇਲਮ ਸਾਂ, ਲੜਨਾ ਝਗੜਨਾ ਸ਼ਰਾਰਤਾਂ ਬਦਤਮੀਜ਼ੀਆਂ ਇਹ ਸਾਰੇ ਮੁੰਡੇ ਕਰਦੇ ਨੇ, ਸਾਰੇ ਰੰਗ ਜਿਹੜੇ ਨੇ ਉਹ ਸ਼ਖਸੀਅਤ ਵਿੱਚ ਹੈ ਸਾਂ, ਕੀਤੇ ਨੇ ਔਰ ਉਹਨਾਂ ਨੂੰ ਛੁਪਾਇਆ ਨਹੀਂ ਹੈ। ਮੈਂ ਆਖਿਆ ਇਸ ਵਾਸਤੇ ਜ਼ਰੂਰੀ ਸੀ ਕਿ ਲੋਕਾਂ ਨੂੰ ਪਤਾ ਚੱਲੇ ਕਿ ਜੋ ਬੰਦਾ ਬਿਲ ਆਖਿਰ ਇੱਕ ਪ੍ਰੋਫੈਸਰ ਜਾਂ ਦੀ ਬਣਦਾ ਹੈ, ਡਾਕਟਰ ਬਣਦਾ ਹੈ, ਉਹ ਬਚਪਨ 'ਚ ਕੀ ਹੈਗਾ ਸੀ। ਮੈਂ ਆਖਿਆ ਤੁਸੀਂ ਕੋਈ ਬਚਪਨ ਨਹੀਂ ਗੁਜ਼ਾਰਿਆ, ਹਮਾਕਤਾਂ ਨਹੀਂ ਕੀਤੀਆਂ,
ਜਾਂ ਉਦੋਂ ਇੱਕ ਹੁੰਦਾ ਸੀ ਕਿ ਜੀ ਸਾਨੂੰ ਜ਼ਿਆਦਾ ਸਹੂਲਤਾਂ ਨਹੀਂ ਸਨ, ਕੁੜੀਆਂ ਦਾ ਟਾਂਗਾ ਦੇਖਿਆ ਅਤੇ ਪਿੱਛੇ ਸਾਈਕਲ ਲਗਾ ਦਿੱਤੀ। ਹੁਣ ਕਹਿੰਦੇ ਹੋਏ ਤੂੰ ਇਹ ਗੱਲ ਕਿਉਂ ਲਿਖ ਦਿੱਤੀ ਹੈ, ਉਹ ਮੈਂ ਆਖੇ ਕਰਦੇ ਸਾਂ ਲਿਖ ਦਿੱਤੀ, ਉਹ ਇੱਕ ਮਜ਼ਾ ਸੀ ਇਹ ਕੰਮ ਵਿੱਚ। ਹੁਣ ਜ਼ਾਹਿਰ ਹੈ ਮੈਂ ਕੰਮ ਨਹੀਂ ਕਰ ਸਕਦਾ, ਲੇਕਿਨ ਹਰ ਦੌਰ ਦੇ ਕੁਛ ਚਾਰਮਸ ਹੁੰਦੇ ਨੇ, ਤੁਸੀਂ ਉਸ ਕਰਦੇ ਹੋ ਉਸ ਦੌਰ ਵਿੱਚ, ਅੱਗੋਂ ਆਈਂਦਾ ਜ਼ਿੰਦਗੀ 'ਚ ਤੁਸੀਂ ਉਹਨਾਂ ਚੀਜ਼ਾਂ ਨੂੰ ਛੱਡ ਦਿੰਦੇ ਹੋ, ਲੇਕਿਨ ਫਿਰ ਤੁਸੀਂ ਭੁੱਲ ਜਾਂਦੇ ਹੋ, ਤੁਸੀਂ ਉਹਨਾਂ ਨੂੰ ਡਿਸਕਸ ਕਰਨ ਲੋਕਾਂ ਦੇ ਸਾਹਮਣੇ ਆਪਣੀ ਤੌਹੀਨ ਸਮਝਦੇ, ਆਪਣੀ ਅਨਾਹ ਦਾ ਮਸਲਾ ਸਮਝਦੇ, ਲੇਕਿਨ ਤੁਸੀਂ ਇਹ ਕਦੀ ਵੀ ਇਸ ਚੀਜ਼ ਨੂੰ ਆਪਣੀ ਅਨਾਹ ਦਾ ਮਸਲਾ ਨਹੀਂ ਬਣਾਇਆ। ਇਸ ਵਾਸਤੇ ਕਿ ਮੈਂ ਸਟੇਟਸ ਕੌਨਸ਼ੀਅਸ ਨਹੀਂ ਹਾਂ, ਮੈਂ ਕਦੀ ਵੀ ਇਹ ਨਹੀਂ ਸੋਚਿਆ ਕਿ ਜੀ ਮੈਂ ਪ੍ਰੋਫੈਸਰ ਹਾਂ, ਜਾਂ ਇਹ ਕਿ ਮੈਂ ਇਸ ਗ੍ਰੇਡ ਦਾ ਹਾਂ ਜਾਂ ਮੈਂ ਉਸ ਗ੍ਰੇਡ ਦਾ ਜਾਂ। ਅਤੇ ਜਿਸ ਤਰ੍ਹਾਂ ਦੇ ਤੁਸੀਂ ਸਟੂਡੈਂਟ ਰਹੇ ਹੋ, ਜਿਸ ਵਕਤ ਤੁਸੀਂ ਤਾਲੀਮ ਔਰ ਤਰਬੀਅਤ ਦੇ ਨਾਲ ਮੁਨਸਲਿਕ ਹੋਏ, ਵਾਬਸਤਾ ਹੋਏ, ਅਤੇ ਆਪਣੇ ਸਟੂਡੈਂਟਸ ਵਿੱਚ ਉਹ ਚੀਜ਼ ਤੁਹਾਨੂੰ ਅੱਛੀ ਲੱਗਦੀ ਸੀ ਕਿ ਬੁਰੀ ਲੱਗਦੀ ਸੀ? ਮੇਰਾ ਜੀ ਇੱਕ ਰਿਕਾਰਡ ਹੈਗਾ, ਜੇ ਤੁਸੀਂ ਕਿਸੇ ਐਟਰੈਂਡਮ ਕਿਸੇ ਲੜਕੇ ਲੜਕੀ ਨੂੰ ਮਿਲੋ, ਪੁੱਛ ਲਓ, ਉਹ ਇਹ ਆਖੇਗਾ ਹੀ ਆਖੇਗੀ ਕਿ ਇਹਨੇ ਸਾਨੂੰ ਝਾੜਿਆ, ਸਾਡੀ ਬੇਇੱਜ਼ਤੀ ਕੀਤੀ, ਸਾਨੂੰ ਨੰਬਰ ਕੱਟ ਦਿੱਤੇ, ਸਾਨੂੰ ਫੇਲ ਕੀਤਾ। ਮੈਂ ਇਸ ਲੈ ਨਾਲ ਬੜਾ ਸਖਤ ਬੰਦਾ ਸਾਂ, ਨੰਬਰ ਸ਼ੰਬਰ ਮੈਂ ਨਹੀਂ ਆਸਾਨੀ ਨਾਲ ਦਿੰਦਾ ਸਾਂ, ਲੇਕਿਨ ਕੋਈ ਇਹ ਨਹੀਂ ਆਖੇਗਾ ਕਿ ਜੀ ਸਾਨੂੰ ਨਾਜਾਇਜ਼ ਤੰਗ ਕੀਤਾ। ਦੋਸਤਾਨਾ ਰਵੱਈਆ, ਔਰ ਅੱਜ ਤੱਕ ਮੈਂ ਰਿਟਾਇਰ ਹਾਂ, ਘਰ ਬੈਠਾ, ਹੁਣ ਵੀ ਮੈਨੂੰ ਫੋਨ ਆਉਂਦੇ ਨੇ, ਮੁੰਡੇ ਆਉਂਦੇ ਨੇ, ਕੁੜੀਆਂ ਆਉਂਦੀਆਂ ਨੇ, ਕੋਈ ਮਸਲੇ ਮਸਾਇਲ ਲੈ ਕੇ ਆਉਂਦੇ ਨੇ, ਔਰ ਕਦੀ ਕਦੀ ਤੁਹਾਨੂੰ ਕੋਈ ਉਹ ਹੁਣ ਤਾਂ ਉਹ ਵਕਤ ਆ ਗਿਆ ਕਿ ਮੈਂ ਔਰ ਮੇਰਾ ਸਟੂਡੈਂਟ ਇਕੱਠੇ ਪੈਨਸ਼ਨ ਲੈ ਰਹੇ ਹੁੰਦੇ ਹਾਂ, ਅਤੇ ਬਾਅਦ ਮਿਲੇ ਬਜ਼ੁਰਗ ਆਦਮੀ ਅਤੇ ਕਿ ਜੀ ਸਲੀਮ ਸਾਹਿਬ ਤੁਹਾਨੂੰ ਤਾਂ ਯਾਦ ਨਹੀਂ, ਮੈਂ ਜੀ 64 ਤੁਹਾਡੇ ਕੋਲ ਮੁਲਤਾਨ ਪੜ੍ਹਦਾ ਸਾਂ, ਤੁਸੀਂ ਫਲਾਂ ਵਕਤ ਮੈਨੂੰ ਇਹ ਗੱਲ ਸਮਝਾਈ ਤਾਂ ਮੈਨੂੰ ਸਮਝ ਆਈ, ਤਾਂ ਉਹਨੇ ਮੈਨੂੰ ਬੜਾ ਪੇ ਕੀਤਾ। ਇੱਕ ਜੱਜ ਮੈਨੂੰ ਮਿਲਿਆ ਕਿ ਜੀ ਮੈਂ ਤੁਹਾਡਾ ਮਾਰਕੀਟ ਦਾ ਪਰਚਾ ਸੰਭਾਲ ਕੇ ਰੱਖਿਆ, ਤੁਸੀਂ ਮੈਨੂੰ 60 ਨੰਬਰ ਦਿੱਤੇ ਸਨ, ਮੈਂ ਹਾਂ ਤੂੰ ਵਾਕਈ ਕਾਬਿਲ ਹੋਏਗਾ, ਮੇਰੇ ਹੱਥ ਟੁੱਟ ਜਾਣ ਜੇ ਮੈਂ 60 ਨੰਬਰ ਕਿਸੇ ਨੂੰ ਦੇ ਜਾਵਾਂ। ਅਤੇ ਇਸ ਫਿਰ ਖੁਸ਼ੀ ਵੀ ਹੁੰਦੀ ਹੈ ਕਿ ਜੀ ਅਸੀਂ ਵਕਤ ਜ਼ਾਇਆ ਨਹੀਂ ਕੀਤਾ, ਔਰ ਜੋ ਮੁਹੱਬਤ ਜਾਂ ਅੰਡਰਸਟੈਂਡਿੰਗ ਬੱਚਿਆਂ ਨੂੰ ਦਿੱਤੀ ਹੈ ਉਹ ਰੈਸੀਪ੍ਰੋਕਲ ਸੀ, ਔਰ ਇਹ ਵੇਖੇ ਹੁਣ ਉਹ ਮਤਲਬ ਮਿਲਦੇ ਨੇ ਅਤੇ ਇੱਜ਼ਤ ਔਰ ਇਤਰਾਮ ਦਾ। ਬਹੁਤ ਸ਼ੁਕਰੀਆ ਸਲੀਮ ਸਾਹਿਬ, ਇੰਨੀ ਜ਼ਬਰਦਸਤ ਤੁਹਾਡੇ ਨਾਲ ਗੁਫਤਗੂ ਰਹੀ, ਵਾਕਈ ਅੱਜ ਦੀ ਗੁਫਤਗੂ ਬੜੀ ਨਵੇਕਲੀ ਸੀ, ਬੜੀ ਵੱਖਰੀ ਅੰਦਾਜ਼ ਦੀ ਗੁਫਤਗੂ ਸੀ, ਜੇ ਐਸੀਆਂ ਪਰਸਨੈਲਿਟੀਜ਼ ਵੀ ਅਸੀਂ ਦੇਖੀਆਂ ਨੇ ਜਿਹੜੀਆਂ ਕਿ ਆਪਣੇ ਉੱਪਰ ਲਿਬਾਦਾ ਓੜ ਕੇ ਸਾਹਮਣੇ ਰੱਖਦੇ ਨੇ ਔਰ ਆਪਣੇ ਅੰਦਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਦੱਸਣੀਆਂ ਪਸੰਦ ਨਹੀਂ ਕਰਦੇ, ਤੁਹਾਡਾ ਅੰਦਰ ਬਾਰਿਕ ਜਿਹਾ ਔਰ ਸਾਨੂੰ ਬਹੁਤ ਅੱਛਾ ਲੱਗਾ, ਬਹੁਤ ਸ਼ੁਕਰੀਆ ਜੀ। Thank you.